ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ जिने नाम ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਜਪ ਬਾਣੀ ਦੀ ਜੋ ਵਿਚਾਰ ਆਪਾਂ ਲੜੀਵਾਰ ਆਰੰਭ ਕੀਤੀ ਸੀ 38 ਪੌੜੀਆਂ ਤੱਕ ਆਪਾਂ ਵਿਚਾਰ ਸਰਵਣ ਕਰ ਚੁੱਕੇ ਹਾਂ ਅੱਜ ਆਪਾਂ ਜਪ ਬਾਣੀ ਦੇ ਅਖੀਰ ਵਿੱਚ ਜੋ ਸ਼ਲੋਕ ਆਉਂਦਾ ਹੈ ਉਸ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ ਇਸ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸੇ ਬੰਤਰ ਵਿੱਚ ਦੋ ਵਾਰ ਆਇਆ ਹੈ ਇੱਕ ਵਾਰ ਧੰ ਗੁਰਨਾਨ ਸਿੰਘ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੋ ਜਪ ਬਾਣੀ ਦੇ ਅਖੀਰ ਵਿੱਚ ਹੈ ਦੂਜੀ ਵਾਰ ਇਹੋ ਸ਼ਲੋਕ ਧੰ ਗੁਰੂ ਅੰਗਦ ਸਹਿ ਮਹਾਰਾਜ ਜੀ ਨੇ ਉਚਾਰਨ ਕੀਤਾ ਜੋ ਮਾਜ ਕੀ ਵਾਰ ਗੁਰੂ ਨਾਨਕ ਸਾਹਿਬ ਜੀ ਦੀ ਹੈ ਉਹਦੇ ਵਿੱਚ 18 ਨੰਬਰ ਪੌੜੀ ਦੇ ਨਾਲ ਇਹ ਦੂਜੇ ਨੰਬਰ ਤੇ ਸ਼ਲੋਕ ਅੰਕਤ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 147 ਨੰਬਰ ਅੰਕ ਤੇ ਇਹ ਸ਼ਲੋਕ ਸੁਭਾਈਮਾਨ ਹੈ ਤੋਂ ਥੋੜਾ ਥੋੜਾ ਫਰਕ ਹੈ ਜਿਵੇਂ ਇੱਥੇ ਪਵਣ ਹੈ ਉੱਥੇ ਪਾਉਣ ਹੈ ਕੁਝ ਸ਼ਬਦਾਂ ਦਾ ਫਰਕ ਹੈ ਪਰ ਅਰਥ ਭਾਵ ਅਰਥ ਸੇਮ ਹੀ ਨੇ। ਤੋਂ ਸਾਧ ਸੰਗਤ ਆਪਾਂ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ ਸ਼ਲੋਕ ਦੇ ਅਖੀਰ ਵਿੱਚ ਜੋ ਆਪਾਂ ਪੰਕਤੀਆਂ ਪੜ੍ਹੀਆਂ ਨੇ ਜਿਨੀਆਂ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਜਿਨ੍ਹਾਂ ਨੇ ਨਾਮ ਧਿਆਇਆ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਸੱਚ ਨੂੰ ਗ੍ਰਹਿਣ ਕੀਤਾ ਹੈ ਤੇ ਨਾਮ ਦੀ ਡੈਫੀਨੇਸ਼ਨ ਆਪਾਂ ਪਿਛੇ ਪੜ੍ਹ ਆਏ ਹਾਂ ਸੁਣਾਇਆ ਹੈ। ਸੁਣੇ ਦੁਖ ਪਾਪ ਕਾ ਨਾਸ ਜਿਦੇ ਗੁਰਦੇਵ ਜੀ ਨੇ ਕਹਿਤਾ ਵੀ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਵੀ ਭਗਤ ਜਨਾਂ ਦੀ ਜ਼ਿੰਦਗੀ ਸਦਾ ਖੇੜਾ ਰਹਿੰਦਾ ਹੈ ਉਹ ਖੁਸ਼ੀ ਨਾਲ ਖੇੜੇ ਨਾਲ ਜੀਵਨ ਬਤੀਤ ਕਰਦੇ ਨੇ ਤੇ ਸੁਣੇ ਦੁਖ ਪਾਪ ਕਾ ਨਾਸ ਜਦੋਂ ਮਨੁੱਖ ਆਪਣੀ ਜ਼ਿੰਦਗੀ ਵਿੱਚ ਉਸ ਪਰਮੇਸ਼ਰ ਦੇ ਨਾਮ ਨੂੰ ਸੁਣਦਾ ਹੈ ਸੱਚ ਨੂੰ ਗ੍ਰਹਿਣ ਕਰਦਾ ਹੈ ਰੱਬੀ ਗੁਣ ਜੀਵਨ ਚ ਧਾਰਨ ਕਰਦਾ ਹੈ ਤੇ ਜ਼ਿੰਦਗੀ ਵਿੱਚ ਜਿਹੜੇ ਆਏ ਹੋਏ ਦੁੱਖ ਨੇ ਉਹ ਖਤਮ ਹੁੰਦੇ ਨੇ ਜਿਹੜੇ ਪਾਪ ਮਾੜੀ ਸੋਚ ਜਿਹੜੀ ਹੈ ਉਹ ਖਤਮ ਹੁੰਦੀ ਹੈ ਜਦੋਂ ਪਾਪ ਮਾੜੀ ਸੋਚ ਮੁੱਕ ਗਈ ਤੇ ਕੁਦਰਤੀ ਕਾਲ ਇਹ ਮਨੁੱਖ ਦਾ ਮੁਖ ਉਜਲਾ ਹੋਏਗਾ ਹੋਏਗਾ ਜਦੋਂ ਅੰਦਰੋਂ ਉਜਲਾ ਹੋਏਗਾ ਬਾਹਰੋਂ ਵੇਖਣ ਨੂੰ ਵੀ ਉਹਦਾ ਚਿਹਰਾ ਉਜਲਾ ਲੱਗੇਗਾ ਭਾਵ ਉਹ ਉਹਨਾਂ ਦੇ ਮੁਖ ਜਿਵੇਂ ਬਾਣੀ ਚ ਲਿਖਿਆ ਤਿੰਨਾ ਮੁਖ ਡਰਾਵਣੇ ਉਹਨਾਂ ਦੇ ਮੂੰਹ ਡਰਾਉਣੇ ਨਹੀਂ ਹੋਣਗੇ ਕਿਉਂਕਿ ਸੱਚੀ ਗੱਲ ਹੈ ਮਨੁੱਖ ਮਨ ਤਨ ਕਰਕੇ ਜਿੰਨਾ ਮਰਜੀ ਖੂਬਸੂਰਤ ਹੋਵੇ ਜੇ ਕਰਮ ਚੰਗੇ ਨਾ ਹੋਣ ਆਤਾਂ ਚੰਗੀਆਂ ਨਾ ਹੋਣ ਬਾਹਰ ਦੀ ਗੱਲ ਛੱਡੋ ਪਰਿਵਾਰ ਦੇ ਜੀਆਂ ਨੂੰ ਵੀ ਉਹਦੇ ਕੋਲੋਂ ਡਰ ਆਉਣ ਲੱਗ ਪੈਂਦਾ ਹੈ। ਤੇ ਸਹਿਬ ਜੀ ਨੇ ਜੋ ਨੀ ਰੱਖੀ ਸੀ ਸਚਾਰਾ ਬੰਨ ਦੀ ਸ਼ਲੋਕ ਵਿੱਚ ਗੁਰਦੇਵ ਜੀ ਨੇ ਲਿਆ ਕੇ ਉਹ ਸਾਰੀ ਵਿਚਾਰ ਨੂੰ ਇੱਕ ਥਾਂ ਤੇ ਇਕੱਠਿਆਂ ਕਰਤਾ ਪ੍ਰੋਧ ਦਿੱਤਾ ਹੈ। ਗੁਰਦੇਵ ਪਿਤਾ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਜਿਨੀਆਂ ਨਾਮ ਧਿਆਇਆ ਜਿਨ੍ਹਾਂ ਨੇ ਨਾਮ ਧਿਆਇਆ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਸੱਚ ਨੂੰ ਗ੍ਰਹਿਣ ਕੀਤਾ ਹੈ ਰੱਬੀ ਗੁਣ ਆਪਣੀ ਜ਼ਿੰਦਗੀ ਵਿੱਚ ਪ੍ਰਗਟ ਕੀਤੇ ਨੇ ਗੈਮ ਮੁਸ਼ਕਤ ਕਾਲ ਕਿਉਂਕਿ ਇਹ ਮੁਸ਼ਕਤ ਵਾਲਾ ਕੰਮ ਹੈ ਮਿਹਨਤ ਵਾਲਾ ਕੰਮ ਹੈ ਤੇ ਮੁਸ਼ਕਤ ਦੀ ਪਰਭਾਸ਼ਾ ਆਪਾਂ ਪਿਛੇ ਪੜ ਆਏ ਆ ਜਦੋਂ ਆਪਾਂ ਪੰਜ ਖੰਡਾਂ ਦਾ ਜ਼ਿਕਰ ਕੀਤਾ ਸੀ ਤੀਜੇ ਖੰਡੇ ਵਿੱਚ ਜਾ ਕੇ ਗੁਰਦੇਵ ਜੀ ਨੇ ਇਹੋ ਗੱਲ ਕਹੀ ਸੀ ਵੀ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਸਿੱਧੇ ਨਾਦ ਬినੋਦਕੂਟ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤੋਂ ਜਿਹੜੀ ਸ਼ਰਮ ਖੰਡ ਦੀ ਬਾਣੀ ਹੈ ਇਹ ਕਮਾਲ ਦੀ ਹੈ ਜਿੱਥੇ ਮਨੁੱਖ ਮਿਹਨਤ ਕਰਦਾ ਹੈ ਮੁਸ਼ਕਤ ਕਰਦਾ ਪਹਿਲਾਂ ਮਨੁੱਖੀ ਜ਼ਿੰਦਗੀ 'ਚ ਪਤਾ ਲੱਗਾ ਮੈਂ ਕਾਹਦੇ ਲਈ ਆਇਆ ਹਾਂ ਇਹ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਮਨੁੱਖ ਨੇ ਕੁਝ ਜ਼ਿੰਦਗੀ 'ਚ ਉਦਮ ਲਿਆਂਦੇ ਤੇ ਸ਼ਰਮ ਖੰਡ ਵਿੱਚ ਜਾ ਕੇ ਫਿਰ ਦਿੱਥੇ ਘੜੀਏ ਸੁਰਤ, ਮਤ, ਮਨ, ਬੁੱਧ ਮਨੁੱਖ ਆਪਣੀ ਜ਼ਿੰਦਗੀ 'ਚ ਆਪਣੀ ਸੁਰਤ, ਮਤ ਨੂੰ ਘੜਦਾ ਹੈ ਤੇ ਆਪਣੇ ਮਨ ਵਿੱਚ ਜਾਗਰਤੀ ਪੈਦਾ ਕਰਦਾ ਹੈ। ਇਹ ਮੁਸ਼ਕਲ ਵਾਲਾ ਕੰਮ ਹੈ। ਇਹ ਮਿਹਨਤ ਵਾਲਾ ਕੰਮ ਹੈ। ਜਿਵੇਂ ਮਨੁੱਖ ਹਾਰਡਵਰਕ ਕਰਦਾ ਹੈ ਸਰੀਰ ਸਰੀਰ ਦੇ ਨਾਲ ਕੰਮ ਲੈਂਦਾ ਹੈ ਸੰਸਾਰ 'ਤੇ ਮਿਹਨਤ ਕਰਦਾ ਹੈ ਇਹ ਵੀ ਇੱਕ ਮਨ ਦੀ ਵਰਜਸ਼ ਹੈ, ਮਨ ਦੀ ਬੜੀ ਵੱਡੀ ਮਿਹਨਤ ਹੈ ਜਿੱਥੇ ਮਨੁੱਖ ਲਾਲਚ ਨਾਲ ਲੜਦਾ ਹੈ ਬੁਰਾਈਆਂ ਨਾਲ ਟੱਕਰ ਲੈਂਦਾ ਜਿਹਨੂੰ ਬਾਣੀ ਸੂਰਮਾ ਆਖੇ। ਜਦੋਂ ਆਪਾਂ ਕਰਮਖੰਡ ਦੀ ਬਾਣੀ ਦੇ ਵਿੱਚ ਇਹ ਵਿਚਾਰ ਪੜੀ ਹੈ ਬੇ ਕਰਮਖੰਡ ਦੇ ਵਿੱਚ ਜਾ ਕੇ ਗੁਰਦੇਵ ਜੀ ਨੇ ਇਹੋ ਆਖਿਆ ਸੀ ਕਿ ਕਰਮਖੰਡ ਕੀ ਜਿਹੜੀ ਬਾਣੀ ਹੈ ਉੱਥੇ ਯੋਧੇ ਤੇ ਸੂਰਮੇ ਵਸਦੇ ਨੇ ਕਿਉਂ ਕਿ ਇਹ ਕੋਈ ਮਾਮੂਲੀ ਕੰਮ ਨਹੀਂ ਹੈ ਮਨੁੱਖ ਜਦੋਂ ਆਪਣੀ ਬੁਰੀਾਈ ਨਾਲ ਲੜਦਾ ਹੈ ਆਪਣੇ ਅੰਦਰ ਦੇ ਪਏ ਹੋਏ ਵਿਗਾੜ ਨੂੰ ਜਦੋਂ ਸਾਫ਼ ਕਰਨ ਦੀ ਗੱਲ ਆਏਗੀ ਇਹ ਸੂਰਬੀਰਾਂ ਦੇ ਹਿੱਸੇ ਹੀ ਆਉਂਦਾ ਹੈ। ਉਹ ਸਹਿਬ ਜੀ ਨੇ ਇੱਥੇ ਸ਼ਬਦ ਵਰਤੇ ਜਿਨੀਆਂ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਹੈ ਨਾਨਕ ਉਹਨਾਂ ਦੇ ਮੁਖ ਉਜਲੇ ਹੁੰਦੇ ਨੇ ਉਹਨਾਂ ਦੇ ਚਿਹਰੇ ਸਾਫ਼ ਹੁੰਦੇ ਨੇ ਤੇ ਜਿਹੜੇ ਅੰਦਰੋਂ ਘਰ ਸੁਖ ਵਸਿਆ ਬਾਹਰ ਸੁਖ ਵਾਇਆ ਵਾਲੀ ਗੱਲ ਹੋਏਗੀ ਤੇ ਮੁਖ ਉਜਲੇ ਜਦੋਂ ਅੰਦਰੋਂ ਮੁਖ ਉਜਲਾ ਹੋਏਗਾ ਤੇ ਬਾਹਰੋਂ ਤੌਰ ਤੇ ਆਪਣੇ ਆਪ ਹੀ ਉਜਲਾ ਹੋਏਗਾ ਐ ਵੇਖ ਕੇ ਮਨੁੱਖ ਨੂੰ ਪ੍ਰਸੰਨ ਹੋਣਗੇ ਜਿਵੇਂ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸੱਚ ਦੇ ਮਾਰਗ ਤੇ ਤੁਰਦਾ ਹੈ ਵਖਤੀ ਤੌਰ ਤੇ ਕੋਈ ਉਹਦਾ ਵਿਰੋਧੀ ਹੋ ਜਾਏ ਪਰ ਮਨੁੱਖ ਕਹਿੰਦੇ ਨੇ ਭਾਈ ਬਾ ਕਮਾਲ ਬੰਦਾ ਆਪਣਾ ਵਗੜ ਕੇ ਦੂਜਿਆਂ ਦਾ ਸਵਾਰਦਾ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਕੀਤੀ ਛੁੱਟੀ ਨਾਲ ਦਾ ਅਰਥ ਹੈ ਉਹ ਆਪਣੇ ਇਹਨਾਂ ਗਿਆਨ ਇੰਦਰੀਆਂ ਨੂੰ ਜਿਨ੍ਹਾਂ ਨੇ ਗਿਆਨ ਸਹੀ ਲੈਣਾ ਸੀ ਇਹ ਵਿਕਾਰਾਂ ਵਿੱਚ ਫਸ ਗਏ ਗਲਤ ਬਣੇ ਤੁਰ ਪਏ ਉਹ ਇਹਨਾਂ ਨੂੰ ਵੀ ਉਸ ਚੁੰਗਲ ਚੋਂ ਬਚਾ ਲੈਂਦਾ ਜਿਹੜੇ ਵਿਕਾਰਾਂ ਦੇ ਚੁੰਗਲ ਵਿੱਚ ਫਸੇ ਪਏ ਸਨ ਜਿਹੜੇ ਬੁਰਾਈ ਦੇ ਵਿੱਚ ਫਸੇ ਪੈਸਾਂ ਉਹਨਾਂ ਨੂੰ ਉਹਨੂੰ ਬਚਾ ਲਿੰਦਾ ਹੈ ਮਰਤਕ ਪਏ ਦਸੇ ਬੰਦ ਛੂਟੇ ਮਿੱਤਰ ਭਾਈ ਸਭ ਛੁਰਾ ਕੌਤਕ ਕਬੀਰਾ ਜੋਹਰ ਧਿਆਵਾ ਜੀਵਤ ਬੰਧਨ ਤੋਰੇ ਕੀਤੀ ਛੁੱਟੀ ਨਾਲ ਉਹਨੇ ਆਪਣੇ ਮਨ ਦੇ ਇਸ ਪਰਿਵਾਰ ਨੂੰ ਇਸ ਟੱਬਰ ਨੂੰ ਜਿਹੜੇ ਪੰਜ ਗਿਆਨ ਅੰਦਰੇ ਸੀ ਇਹਨਾਂ ਨੂੰ ਵਕਾਰਾਂ ਤੋਂ ਬਚਾ ਲਿਆ ਛੁੱਟੀ ਕਰ ਦਿੱਤੀ ਪਾਉ ਖਿਹੜਾ ਛੜਾਤਾ ਤੇ ਜਿਹੜਾ ਮੰਨ ਕਰਕੇ ਇਸ ਟੱਬਰ ਨੂੰ ਬਚਾਏਗਾ ਕੁਦਰਤੀ ਗੱਲ ਹੈ ਮੰਨੇ ਪਰਵਾਰੇ ਸਧਾਰ ਵਾਲੀ ਪੋੜੀ ਵੀ ਚੜੇਗਾ ਉਹ ਆਪ ਤੇ ਇਸ ਪਰਿਵਾਰ ਨੂੰ ਬਚਾਏਗਾ ਬਚਾਏਗਾ ਉਹਦੇ ਨੈਗੇਟਿਵ ਵਰਤੀ ਵੀ ਉਹਦੇ ਤੋਂ ਕੁਝ ਸਿੱਖਿਆ ਲੈ ਪਾਉਣਗੇ ਤੋਂ ਗੁਰਦੇਵ ਪਿਤਾ ਮਹਾਰਾਜ ਇਸ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ ਕਿ ਕਿਹੜਾ ਨਾਮ ਤੇ ਹੋਣਾ ਹੈ ਆਓ ਇਸ ਸ਼ਲੋਕ ਦੇ ਆਰੰਭ ਵਿੱਚੋਂ ਸਮਝਣ ਦਾ ਆਪ ਯਤਨ ਕਰੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਹੁਣ ਆਮ ਵੇਖਣ ਨੂੰ ਇੰਜ ਲੱਗਦਾ ਜਿਵੇਂ ਗੁਰਦੇਵ ਜੀ ਹਵਾ ਨੂੰ ਗੁਰੂ ਕਹਿ ਰਹੇ ਨੇ ਪਾਣੀ ਨੂੰ ਪਿਤਾ ਕਹਿ ਰਹੇ ਨੇ ਆਮ ਵੇਖਣ ਨੂੰ ਇੰਜ ਹੀ ਲੱਗਦਾ ਤਰਤੀ ਨੂੰ ਮਾਂ ਕਹਿੰਦੇ ਨੇ ਮਾਤ ਵੱਡੀ ਪਰ ਧਿਆਨ ਨਾ ਸੁਣਿਓ ਇਹ ਤਿੰਨੇ ਚੀਜ਼ਾਂ ਸਾਡੇ ਸਰੀਰ ਨੂੰ ਜਿਉਂਦੇ ਰੱਖਣ ਲਈ ਜ਼ਰੂਰੀ ਨੇ ਸਭ ਤੋਂ ਪਹਿਲਾਂ ਆਕਸੀਜਨ ਹਵਾ ਆਕਸੀਜਨ ਇੱਕ ਸੈਕਿੰਡ ਨਾ ਮਿਲੇ ਹਮ ਆਦਮੀ ਹਾਂ ਇੱਕ ਦਮ ਹੀ ਮੌਤ ਮੌਤ ਨ ਜਾਣਾ ਅਜੇ ਪਾਣੀ ਤੋਂ ਬੰਨਾ ਬੰਦਾ 2-4 ਘੰਟੇ ਕੱਢ ਸਕਦਾ ਪਰ ਇਹ ਨਹੀਂ ਕਿ ਕਿਸੇ ਪਾਣੀ ਤੋਂ ਬੰਨਾ ਜਿਉਂਦਾ ਰਹਿ ਸਕਦਾ 2-4 ਘੰਟੇ ਮੰਨ ਲਓ ਤੁਹਾਨੂੰ ਹੁਣ ਪਾਣੀ ਪੀਤਾ ਤੁਸੀਂ 2-4 ਘੰਟੇ ਕੱਢ ਸਕਦੇ ਪਰ ਤੁਸੀਂ ਇਹ ਕੋਈ ਮਾ ਪਾਣੀ ਪੀਵਾ ਹੀ ਨਾ ਨਹੀਂ ਪਾਣੀ ਤੋਂ ਬਿਨਾ ਨਹੀਂ ਤੁਸੀਂ ਜੀਉਂਦੇ ਰਹਿ ਸਕਦੇ ਕਿਉਂਕਿ ਪਹਿਲਾ ਪਾਣੀ ਜੀਵ ਹੈ ਜਿਤ ਤਰਿਆ ਸਭ ਕੋਏ ਤੁਸੀਂ ਵੇਖਿਓ ਜੜਿਆ ਆ ਪੋਖੜ ਧਾਲਾਂ ਤੇ ਵੀ ਬੈਠਦੇ ਨੇ ਮਰਨ ਵਰਤੇ ਵੀ ਬੈਠਦੇ ਨੇ ਬਾਕੀ ਸਭ ਕੁਝ ਛੱਡਦੇ ਨੇ ਪਰ ਪਾਣੀ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਦਿੱਤਾ ਜਾਂਦਾ ਪਹਿਲੀ ਸਭ ਤੋਂ ਪਹਿਲੀ ਮਨੁੱਖ ਦੀ ਜ਼ਿੰਦਗੀ ਦੀ ਜਿਹੜੀ ਅਹਿਮ ਲੋੜ ਹੈ ਉਹ ਸਵਾਸ ਹੈ ਆਕਸੀਜਨ ਹੈ ਹਮ ਆਦਮੀ ਹਾਂ ਇੱਕ ਦਮੀ ਮੌਲਤ ਮੌਤ ਨਾ ਜਾਣਾ ਸਰੀਰ ਨੂੰ ਜਿਉਂਦਾ ਰੱਖਣ ਲਈ ਹਵਾ ਜ਼ਰੂਰੀ ਹੈ ਆਕਸੀਜਨ ਦੂਜਾ ਪਾਣੀ ਤੀਜੀ ਧਰਤੀ ਧਰਤੀ ਨਹੀਂ ਹੋਏਗੀ ਤੇ ਸੀ ਰਵਾਂਗੇ ਕਿੱਥੇ ਤਿੰਨੇ ਤਿੰਨ ਚੀਜ਼ਾਂ ਸਾਡੇ ਲਈ ਇਹ ਜ਼ਰੂਰੀ ਨੇ ਧਰਤੀ ਪਾਣੀ ਹਵਾ ਇਹ ਜ਼ਰੂਰੀ ਨੇ ਹੁਣ ਇਹ ਗੱਲ ਸੀ ਸਰੀਰ ਦੀ ਹੁਣ ਇਹਨੂੰ ਮਨ ਤੇ ਲਾਓ ਜਿੱਦਾਂ ਸਰੀਰ ਨੂੰ ਜਿਉਂਦਾ ਰੱਖਣ ਲਈ ਆਕਸੀਜਨ ਜ਼ਰੂਰੀ ਹੈ ਮਨ ਨੂੰ ਜਿਉਂਦਾ ਰੱਖਣ ਲਈ ਇੰਨਾ ਹੀ ਗੁਰੂ ਜ਼ਰੂਰੀ ਹੈ ਮਨ ਮਨ ਨੂੰ ਗੁਰੂ ਕੋਲੋਂ ਗੁਣਾ ਦੀ ਆਕਸੀਜਨ ਮਿਲਦੀ ਹੈ ਜਿਹਨੂੰ ਆਪਾਂ ਬਾਣੀ ਚ ਪੜਦੇ ਆਂ ਮਿਰਤਕ ਕੋ ਪਾਇਓ ਤਨ ਸਾਸਾ ਮੁਰਦੇ ਵਿੱਚ ਗੁਰੂ ਕਿਦਾਂ ਸਵਾਸ ਪਾਉਂਦਾ ਜਿਹੜਾ ਬੰਦਾ ਡੈੱਡ ਹੋ ਚੁੱਕਾ ਹੈ ਆਪਾਂ ਕਹੀ ਇਦਾਂ ਗੁਰੂ ਜੀ ਹੁੰਦਾ ਕਰ ਦੇਵੇਗਾ ਇਦਾਂ ਦੀਆਂ ਕਰਾਮਾਤਾ ਗੁਰੂ ਸਾਹਿਬ ਵਿਖਾਉਣ ਨਹੀਂ ਸੀ ਆਏ ਨਾ ਇਦਾਂ ਹੋ ਹੀ ਸਕਦਾ ਜੇ ਹੋਸ ਇਦਾਂ ਕਰਨਾ ਹੁੰਦਾ ਤੇ ਫਿਰ ਤੇ ਅਨੇਕਾਂ ਵਾਰ ਦੁਸ਼ਮਨਾ ਨੇ ਗੁਰੂ ਸਾਹਿਬ ਦੇ ਪਿਆਰੇ ਸਹਿਬਜ਼ਾਦੇ ਤੇ ਸਿੱਖਾਂ ਦਾ ਨੁਕਸਾਨ ਕੀਤਾ ਗੁਰੂ ਸਾਹਿਬ ਤਾਂ ਕਰਾਮਾਤਾ ਵਿਖਾ ਕੇ ਇਦਾਂ ਖੜੇ ਕਰਕੇ ਨਾਲ ਤੋੜ ਸਕਦੇ ਸੀ ਇਦਾਂ ਦੀਆਂ ਕਰਾਮਾਤਾ ਦੇਹਤਾਰੀ ਸਾਧਾਂ ਬਾਬਿਆਂ ਨਾਲ ਜੁੜੀਆਂ ਹੋਈਆਂ ਤਾਂ ਹੀ ਉਹ ਲੋਕ ਭੱਜੇ ਭੱਜੇ ਉਹਨਾਂ ਡੇਰਿਆਂ ਨੂੰ ਜਾਂਦੇ ਨੇ ਬਿਨ ਨੁਕਸਾਨ ਹੋਏਗਾ ਤੇ ਬਾਬਾ ਜੀ ਨੇ ਸਾਡੇ ਮਰੇ ਹੋਏ ਪੁੱਤ ਨੂੰ ਜਿੰਦਾ ਕਰ ਦੇਣਾ ਇਥੇ ਇਦਾਂ ਤੇ ਆ ਬਾਬੇ ਵੀ ਪ੍ਰਚਲਿਤ ਰਹੇ ਜਿਹੜੇ ਮਰੇ ਹੋਏ ਬਲਦਾਂ ਨੂੰ ਜਿੰਦੇ ਕਰਦੇ ਰਹੇ ਪਰ ਇਹ ਇੱਕ ਇਹ ਜਿਹੜਾ ਬੰਦਾ ਜਾ ਚੁੱਕਾ ਹੈ ਦੁਨੀਆ ਤੋਂ ਖਤਮ ਹੋ ਚੁੱਕਾ ਹੈ ਜਿਹੜਾ ਜਿਹੜਾ ਬੰਦਾ ਡੈੱਡ ਹੋ ਚੁੱਕਾ ਹੈ ਉਹਨੂੰ ਤੁਸੀਂ ਇਹ ਜਿੰਦੇ ਕਰ ਦੋ ਇਦਾਂ ਦੀ ਥੋਥੀ ਕਰਾਮਾਤ ਨੂੰ ਗੁਰਮਤ ਨਹੀਂ ਮੰਨਦੀ ਇੱਕ ਇੱਕ ਗੁਰੂ ਸਾਹਿਬ ਦੀ ਹਦਾਇਤ ਹੈ ਹਾਂ ਕਿਹੜੇ ਮੁਰਦੇ ਵਿੱਚ ਗੁਰੂ ਸਾਹਿਬ ਸਵਾਸ ਪਾ ਕੇ ਜਿੰਦੇ ਕਰਦੇ ਮ੍ਰਿਤਕ ਕੋ ਪਾਇਓ ਤਨ ਸਾਸਾ ਨਰਤਕ ਨੂੰ ਤਾਨ ਵਿੱਚ ਸਵਾਸ ਪਾ ਕੇ ਜਿਉਂਦਾ ਕਰਤਾ ਜਿਹੜਾ ਆਤਮਿਕ ਤੌਰ ਤੇ ਮਰਿਆ ਹੋਇਆ ਸੀ ਜਿਹੜਾ ਮਨ ਕਰਕੇ ਡੈੱਡ ਸੀ ਹੁਣ ਜਿਹੜਾ ਬੰਦਾ ਚੰਗੇ ਕੰਮ ਨਹੀਂ ਨਾ ਕਰਦਾ ਉਹ ਮਾਪੇ ਵੱਲੋਂ ਕਈ ਵਾਰੀ ਮਰੇ ਹੀ ਹੁੰਦਾ ਹੈ। ਪੁੱਛ ਕੇ ਵੇਖੋ ਨਾ ਮਾਮਾ ਨੂੰ ਜਿਨ੍ਹਾਂ ਦੇ ਬੱਚੇ 20 25 30 30 ਸਾਲ ਦੇ ਲੋਕਾਂ ਕੋਲੋਂ ਪੈਸੇ ਮੰਗਵਾ ਕੇ ਸਮੇਕਾਂ ਪੀਂਦੇ ਨੇ ਉਹ ਤੇ ਕਹਿੰਦੇ ਨੇ ਸਾਡੇ ਭਾਦਾਂ ਤੇ ਉਹ ਹੋਇਆ ਨਾ ਹੋਇਆ ਇੱਕ ਬਰਾਬਰ ਹੀ ਹੈ। ਜਿਹੜੇ ਪੁੱਠਿਆਂ ਕਮਾਂਜ ਪਏ ਨੇ ਉਹਨਾਂ ਪਤਨੀਆਂ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਪਤੀ ਜਿਉਂਦੇ ਕਿ ਮਰੇ ਨੇ। ਉਹਨਾਂ ਪਤਨੀਆਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੀਆਂ ਪਤਨੀਆਂ ਪੁੱਠੇ ਰਸਤੇ ਤੇ ਪਈਆਂ ਹੋਈਆਂ ਨੇ ਕਿ ਉਹ ਜਿਉਂਦੀਆਂ ਨੇ ਕਿ ਮਰੀਆਂ ਹੋਈਆਂ ਨੇ ਉਹਨਾਂ ਬੱਚਿਆਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਮਾਂ-ਬਾਪ ਗਲਤ ਰਸਤੇ ਪਏ ਹੋਣ ਨੇ ਤੇ ਉਹਨਾਂ ਮਾਂ-ਬਾਪ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਬੱਚੇ ਗਲਤ ਰਸਤੇ ਪਏ ਹੋਏ ਨੇ ਇੱਥੇ ਮਰਤਕ ਦਾ ਅਰਥ ਹੈ ਜਿਹੜਾ ਮਨ ਕਰਕੇ ਮਰਿਆ ਹੋਇਆ ਹੈ ਮਨ ਕਰਕੇ ਡੈੱਡ ਹੈ ਮਰਤਕ ਕੋ ਪਾਇਓ ਤਨ ਸਾਸਾ ਮੁਰਦੇ ਵਿੱਚ ਸਵਾਸ ਪਾਤੇ ਕਾਦੇ ਗੁਨਾ ਦੇ ਇਦਾਂ ਸਮਝੋ ਸਿੱਧੇ ਜੇ ਸਪਸ਼ਟ ਸ਼ਬਦਾਂ ਵਿੱਚ ਸਰੀਰ ਨੂੰ ਜਿਉਂਦੇ ਰਹਿਣ ਲਈ ਜਿੰਨੀ ਆਕਸੀਜਨ ਜ਼ਰੂਰੀ ਹੈ ਇਨਾ ਮਨ ਨੂੰ ਜਿਉਂਦੇ ਰਹਿਣ ਲਈ ਗੁਣਾ ਦੀ ਆਕਸੀਜਨ ਜ਼ਰੂਰੀ ਹੈ ਗੁਰੂ ਕੋਲੋਂ ਗੁਣਾ ਦੀ ਆਕਸੀਜਨ ਮਿਲਦੀ ਹੈ ਸਿੱਖਿਆ ਦੀ ਆਕਸੀਜਨ ਮਿਲਦੀ ਹੈ ਪਵਨ ਗੁਰੂ ਪਾਣੀ ਪਿਤਾ ਧਿਆਨ ਸੁਣਿਓ ਮਰਤਕ ਕੋ ਪਾਇਓ ਤਨ ਸਾਸਾ ਮਰਤਕ ਵਿੱਚ ਗੁਣਾ ਦੇ ਸਵਾਸ ਪਾਉਂਦੇ ਨੇ ਗੁਰਦੇਵ ਜੀ ਤੇ ਵਿਸ਼ਰਤਿਆਣ ਮਿਲਾਇਆ ਜਿਹੜਾ ਵਿਛੜ ਚੁੱਕਾ ਸੀ ਸੱਚ ਨਾਲ ਉਹਨੂੰ ਲਿਆ ਕੇ ਨਾਲ ਮਿਲਾ ਦਿੱਤਾ ਵਿਸ਼ਰਤਿਆਣ ਮਿਲਾਇਆ ਪਸ਼ੂ ਪ੍ਰੇਤ ਮੁਗਧ ਪੈ ਸ਼ਰੋਤੇ ਜਿਹੜੇ ਅੰਦਰ ਪਸ਼ੂ ਖਿਆਲ ਬੈਠੇ ਸੀ ਪ੍ਰੇਤ ਖਿਆਲ ਬੈਠੇ ਸੀ ਮੂਰਖਾਂ ਵਾਲੇ ਵਿਚਾਰ ਬੈਠੇ ਸੀ ਉਹਨਾਂ ਨੂੰ ਸਾਰੇ ਨੂੰ ਸ਼ਰੋਤੇ ਬਣਾਤਾ ਪਸ਼ੂ ਪ੍ਰੇਤ ਮੁਗਧ ਪੈ ਸ਼ਰੋਤੇ ਹਰਨਨ ਹਰਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਆਓ ਦੁਨੀਆਂ ਦੇ ਲੋਕੋ ਤੁਹਾਨੂੰ ਪੂਰੇ ਗੁਰੂ ਦੀ ਮਹਿਮਾ ਦਸੀਏ ਤਾਂ ਕਿ ਕੀਮਤ ਕਹਿਣ ਨਾ ਜਾਈ ਇਹ ਕੀਮਤ ਬਿਆਨ ਨਹੀਂ ਹੋ ਸਕਦੀ ਦੂਖ ਸੂਕਾ ਟਾਇਓ ਡੇਰਾ ਜਿਹੜਾ ਅੰਦਰ ਦੁੱਖ ਤੇ ਦੁੱਖ ਦਾ ਦੁੱਖ ਰੋਗ ਕਾ ਟਾਇਓ ਜਿਹੜਾ ਅੰਦਰ ਦੁੱਖ ਤੇ ਸੋਗ ਦਾ ਅੰਦਰ ਡੇਰਾ ਜਮਿਆ ਸੀ ਦੁੱਖ ਸੋਗ ਕਾ ਟਾਇਓ ਡੇਰਾ ਆਨੰਦ ਮੰਗਲ ਬਿਸ਼ਰਾਮਾ ਜਿਹੜਾ ਅੰਦਰ ਡੇਰਾ ਜਮਾ ਕੇ ਬਿਠੇ ਸੀ ਨਾ ਦੁੱਖ ਕਿਉਂਕਿ ਜਦੋਂ ਗੁਣਾ ਦੀ ਆਕਸੀਜਨ ਹੀ ਨਹੀਂ ਮਿਲਣੀ ਤੇ ਮਨ ਨੇ ਤੇ ਦੁਖੀ ਹੋਣਾ ਹੀ ਹੋਣਾ ਕੋਈ ਖਸਮ ਦੇ ਸਾਰ ਕੀਏ ਰਸਪੋਗ ਤਾਂ ਤਨ ਉੱਠ ਖਲੋਏ ਰੋਗ ਮਨੰਨ ਦੇ ਕੋ ਮਿਲੇ ਸਜਾਏ ਵੈਦਨਾ ਭੋਲੇ दारू ਲਾਏ ਦੁੱਖ ਸੋਗ ਦਾ ਟਾਇਓ ਡੇਰਾ ਆਨੰਦ ਮੰਗਲ ਬਿਸ਼ਰਾਮ ਅੰਦਰ ਆਨੰਦ ਤੇ ਮੰਗਲ ਦਾ ਟਿਕਾਣਾ ਕਰਾ ਦਿੱਤਾ ਆਨੰਦ ਮੰਗਲ ਬਿਸ਼ਰਾਮਾ ਮਨ ਵਾਂਸ਼ਿਤ ਫਲ ਮਿਲੇ ਅਚੰਤਾ ਹੁਣ ਜਿਹੜਾ ਮਨ ਵਾਂਸ਼ਿਤ ਫਲ ਕਿਹੜਾ ਸੀ ਕਿ ਮਨ ਮਰਿਆ ਪਿਆ ਸੀ ਇਹ ਮਨ ਵਾਂਸ਼ਿਤ ਫਲ ਮਿਲ ਗਿਆ ਮਨ ਨੂੰ ਕਿ ਹੁਣ ਸੁਵਾਸ ਮਿਲ ਗਿਆ ਉਹ ਜਿਉਂਦਾ ਹੋ ਗਿਆ ਮਨ ਵਾਂਸ਼ਿਤ ਫਲ ਮਿਲੇ ਅਚੰਤਾ ਬਾਕੀ ਚੀਜ਼ਾਂ ਬਾਅਦ ਚਾਹੀਦੀਆਂ ਪਹਿਲਾਂ ਬੰਦੇ ਨੂੰ ਜੀਵਨ ਚਾਹੀਦਾ ਓਸ ਕੇ ਵੇਖੋ ਉਹਨਾਂ ਲੋਕਾਂ ਨੂੰ ਜਦੋਂ ਜਿਹੜਾ ਡੈਡ ਐਂ ਅੰਤਲੇ ਸਵਾਸਾਂ ਤੇ ਹਸਪੀਟਲ ਪਹੁੰਚਦਾ ਡਾਕਟਰ ਨੂੰ ਇਹ ਕਿਹਾ ਜਾਂਦਾ ਪੈਸੇ ਦੀ ਫਿਕਰ ਨਾ ਕਰਿਓ ਬੰਦਾ ਬਚਾਓ ਸਾਡਾ ਅਗਲੇ ਕਹਿੰਦੇ ਦੁਕਾਨ ਵੇਚ ਦਿਆਂਗੇ ਘਰ ਵੇਚ ਦਿਆਂਗੇ ਜ਼ਮੀਨ ਗਹਿਣੇ ਕਰ ਦਿਆਂਗੇ ਜ਼ਮੀਨ ਬੈ ਕਰ ਦਿਆਂਗੇ ਘਰ ਵੇਚ ਦੇਵਾਂਗੇ ਕਾਰ ਸੇਲ ਤੇ ਲਾ ਦਿਆਂਗੇ ਜੇ ਬੰਦਾ ਬਚ ਗਿਆ ਕਾਰ ਫੇਰ ਖਰੀਦ ਲੂ ਪਰ ਜਿਹੜਾ ਬੰਦਾ ਹੀ ਨਾ ਹੋਇਆ ਦੁਨੀਆ ਤੇ ਅਹੀਂ ਘਰ ਨੂੰ ਕੀ ਕਰਨਾ ਪੁੱਛ ਕੇ ਵੇਖੋ ਨਾ ਜਿਹਨੂੰ ਕਿਹਾ ਨਹੀਂ ਜਾਂਦਾ ਕਵੀ ਘਰ ਪਿਆ ਸੋਨਾ ਉਹ ਵੀ ਵੇਚ ਦਿੱਤਾ ਜਾਂਦਾ ਗਹਿਣੇ ਪਾਲਤਾ ਜਾਂਦਾ ਮਨ ਬਾਂਛਤ ਕੀ ਸੀ ਮਨ ਨੂੰ ਜਿਉਂਦੇ ਰੱਖਣ ਲਈ ਜੋ ਗੁਣਾ ਦੀ ਆਕਸੀਜਨ ਚਾਹੀਦੀ ਸੀ ਉਹ ਮਿਲ ਗਈ ਮਨ ਬਾਂਛਤ ਫਲ ਮਿਲੇ ਚਿੰਤਾ ਤੇ ਪੂਰਨ ਹੋਏ ਕੰਮਾਂ ਤੋਂ ਕਿੰਨੇ ਪਿਆਰੇ ਸ਼ਬਦ ਵਰਤੇ ਕਿੰਨੀਆਂ ਪਿਆਰੀਆਂ ਵਿਚਾਰਾਂ ਦਿੱਤੀਆਂ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਸਰੀਰ ਨੂੰ ਜਿਉਂਦੇ ਰੱਖਣ ਲਈ ਆਕਸੀਜਨ ਜ਼ਰੂਰੀ ਹੈ ਇਦਾਂ ਮਨ ਨੂੰ ਜਿਉਂਦੇ ਰੱਖਣ ਲਈ ਗੁਣਾ ਦੀ ਆਕਸੀਜਨ ਗੁਰੂ ਕੋਲੋਂ ਮਿਲਦੀ ਹੈ ਤੇ ਐਦਾਂ ਸਮਝੀਏ ਆਪਾਂ ਸਰੀਰ ਨੇ ਜਿਉਂਦੇ ਰੱਖਣ ਲਈ ਜਿੰਨੀ ਹਵਾ ਜ਼ਰੂਰੀ ਹੈ ਮਨ ਨੂੰ ਜਿਉਂਦੇ ਰੱਖਣ ਲਈ ਇੰਨੇ ਹੀ ਗੁਰੂ ਜ਼ਰੂਰੀ ਹੈ ਤਾਂ ਹੀ ਆਖਿਆ ਸੀ ਗੁਰੂ ਗੁਰੂ ਗੁਰ ਕਰਮਨ ਮੂਰ ਗੁਰੂ ਬਿਨਾ ਮੈਂ ਨਹੀਂ ਹੋਰ ਤਾਂ ਕਿ ਅਸੀਂ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰ ਕਰ ਗੁਰੂ ਨੂੰ ਧਾਰਨ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੁਨ ਅਗਨ ਕਟੈ ਸਭ ਤੇਰੇ ਗੁਰ ਨਾਇਣ ਅੱਖਾਂ ਨਾਲ ਉਹ ਵੇਖੋ ਜੋ ਗੁਰੂ ਦੱਸਦੇ ਨੇ ਬਾਇਣ ਗੁਰ ਗੁਰ ਕਰੋ ਜ਼ੁਬਾਨ ਆਓ ਬੋਲੋ ਜੋ ਗੁਰੂ ਜੀ ਕਹਿੰਦੇ ਨੇ ਗੁਰ ਗੁਰੂ ਨੂੰ ਧਾਰਨ ਕਰ ਕਾਤੇ ਧਾਰਨ ਕਰ ਆਪਣੇ ਮਨ ਵਿੱਚ ਗੁਰੂ ਦੀ ਸਿੱਖਿਆ ਧਾਰਨ ਕਰ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟੈ ਸਭ ਤੀਰੇ ਜੇ ਗੁਰੂ ਦੀ ਸਿੱਖਿਆ ਅੰਦਰਾਂ ਕੇ ਵਸਦੀ ਹੈ ਅਗਨ ਕਟੇ ਜਾਂਦੇ ਨੇ ਕਿਹੜੇ ਅਗਨ ਜਿਹੜੇ ਮਾੜੇ ਵਕਾਰ ਅੰਦਰ ਮਾੜੀਆਂ ਵਿਚਾਰਾਂ ਬੈਠੀਆਂ ਸੀ ਮਾੜੀ ਸੋਚ ਬੈਠੀ ਅਗਨ ਕਟੈ ਸਭ ਤੀਰੇ ਗੁਰ ਨਾਇਣ ਬਾਇਣ ਗੁਰ ਗੁਰ ਕਰੋ ਗੁਰੂ ਸਤ ਕਵਨਲ ਕਹੇ ਜਿਨ ਗੁਰੂ ਨਾ ਦੇਖਿਓ ਕreturnData ਵੇਖਿਓ ਜਿਨ੍ਹਾਂ ਨੇ ਗੁਰੂ ਇਦਾਂ ਨਹੀਂ ਵੇਖਿਆ ਅੱਖਾਂ ਨਾਲ ਉਹ ਨਹੀਂ ਵੇਖਿਆ ਜੋ ਗੁਰੂ ਨੇ ਕਿਹਾ ਕੰਨਾਂ ਨਾਲ ਉਹ ਨਹੀਂ ਸੁਣਿਆ ਜੋ ਗੁਰੂ ਨੇ ਕਿਹਾ ਜ਼ੁਬਾਨ ਨਾਲ ਉਹ ਨਹੀਂ ਬੋਲਿਆ ਜੋ ਗੁਰੂ ਨੇ ਕਿਹਾ ਜਿਹਨੇ ਗੁਰੂ ਨਾ ਦੇਖਿਆ ਉਹਨੇ ਕੀਓ ਤੇ ਆ ਗਿਆ ਤ ਸੰਸਾਰ ਮੈਂ ਤੂੰ ਗੱਲ ਇਹ ਸਮਝਿਓ ਜਿਦਾਂ ਸਰੀਰ ਨੂੰ ਜਿਉਂਦੇ ਰੱਖਣ ਲਈ ਹਵਾ ਜ਼ਰੂਰੀ ਹੈ ਇਦਾਂ ਹੀ ਮਨ ਨੂੰ ਜਿਉਂਦੇ ਰੱਖਣ ਲਈ ਗੁਰੂ ਜ਼ਰੂਰੀ ਹੈ ਦੂਜਾ ਆ ਗਿਆ ਪਾਣੀ ਪੀਤਾ ਹੁਣ ਦੂਜੇ ਨੰਬਰ ਤੇ ਆ ਗਿਆ ਪਾਣੀ ਪਾਣੀ ਵੀ ਸਰੀਰ ਨੂੰ ਚਾਹੀਦਾ ਸਾਫ਼ ਸੁਥਰਾ ਪਾਣੀ ਚਾਹੀਦਾ ਪਾਣੀ ਵਿੱਚ ਜ਼ਿੰਦਗੀ ਦੀ ਸਾਡੀ ਅਹਿਮ ਜ਼ਰੂਰਤ ਹੈ। ਪਾਣੀ ਪਿਤਾ। ਹੁਣ ਇਹਦੇ ਪਿਤਾ ਕੌਣ ਹੈ? ਬਾਣੀ ਚ ਪੜ੍ਹ ਕੇ ਵੇਖੋ। ਇੱਕ ਤੇ ਸਰੀਰ ਨੂੰ ਜਨਮ ਦੇਣ ਵਾਲਾ ਉਹਨੂੰ ਵੀ ਅਸੀਂ ਪਿਤਾ ਕਹਿੰਨੇ। ਇੱਕ ਸਰੀਰ ਨੂੰ ਜਨਮ ਦੇਣ ਵਾਲਾ ਵੀ ਪਿਤਾ ਹੈ ਤੇ ਜਿਹੜਾ ਮਨ ਨੂੰ ਇੱਕ ਸੇਵਕ ਨੂੰ ਜਨਮ ਦਿੰਦਾ ਉਹਨੂੰ ਵੀ ਬਾਣੀ ਚ ਪਿਤਾ ਆਖਿਆ। ਮਾਂ ਲਾਲੀ ਪਿਓ ਲਾਲਾ ਮੇਰਾ। ਗੁਰੂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸੰਤੋਖ ਸਬਰ। ਸੰਤੋਖ ਨੂੰ ਵੀ ਬਾਪ ਆਖਿਆ। ਮਾਤਾ ਮਤ ਪਿਤਾ ਤੰਤੋ ਗੌੜੀ ਰਾਗ ਵਿੱਚ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ ਮਾਤਾ ਮਤ ਪਿਤਾ ਸੰਤੋਖ ਪਿਤਾ ਨੂੰ ਸੰਤੋਖ ਆ ਕੇ ਤੋਂ ਜਿੱਦਾਂ ਮਨ ਨੂੰ ਜਿਉਂਦੇ ਰੱਖਣ ਲਈ ਜਿੰਨੀ ਜਿੰਨਾ ਗੁਰੂ ਜ਼ਰੂਰੀ ਹੈ ਉਹਨਾਂ ਸਬਰ ਵੀ ਜ਼ਰੂਰੀ ਹੈ ਸੰਤੋਖ ਵੀ ਜ਼ਰੂਰੀ ਹੈ ਸੰਤੋਖ ਨਹੀਂ ਹੋਏਗਾ ਤੇ ਮਨ ਡੈਡ ਹੋ ਜਾਏਗਾ ਸੰਤੋਖਤਾ ਆਖਿਆ ਸੀ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖਤਾਸ ਗੁਰ ਹੋਏ ਗੁਰੂ ਸੰਤੋਖ ਦਾ ਸਰੋਵਰ ਹੈ ਗੁਰੂ ਵੀ ਜ਼ਰੂਰੀ ਹੈ ਤੇ ਸੰਤੋਖ ਵੀ ਜ਼ਰੂਰੀ ਹੈ ਵੇਖੋ ਤੁਸੀਂ ਗੁਰ ਕੀ ਬਾਣੀ ਗੁਰ ਤੇ ਜاتی ਗੁਰਸਮਾਨ ਤੀਰਥ ਨਹੀਂ ਕੋਏ ਸਰ ਸਰੋਵਰ ਸੰਤੋਖ ਸੰਤੋਖ ਦਾ ਸਰੋਵਰ ਹੈ ਗੁਰੂ ਜਾਨੀ ਕਿ ਸਰੀਰ ਨੂੰ ਜਿਉਂਦੇ ਰੱਖਣ ਲਈ ਜਿੰਨਾ ਪਾਣੀ ਜ਼ਰੂਰੀ ਹੈ ਮਨ ਨੂੰ ਜਿਉਂਦਾ ਰੱਖਣ ਲਈ ਇੰਨਾ ਹੀ ਸੰਤੋਖ ਜ਼ਰੂਰੀ ਹੈ ਹੁਣ ਲੜੀ ਜੋੜੋ ਲੈ ਜੋ ਸੁਰਤ ਆਪਣੀ 28 ਨੰਬਰ ਪੌੜੀ ਦੇ ਆਰੰਭ ਚ ਮੁੰਦਾ ਸੰਤੋਖ ਉਸੇ ਜੋਗੀ ਨੂੰ ਕੈਸੀ ਕੰਨਾ ਚ ਤੂੰ ਮੁੰਦਰਾ ਪਾਈਆਂ ਨੇ ਦਾਦੇ ਲਈ ਉਹ ਕਹਿੰਦਾ ਸੀ ਇਸ ਕਰਕੇ ਜੀ ਦੁਨੀਆ ਨੂੰ ਪਤਾ ਲੱਗ ਜਾਵੇ ਮੈਂ ਸੱਚ ਦੇ ਰਸਤੇ ਤੁਰਿਆ ਹੋਇਆ ਕਹਿੰਦੇ ਸੰਤੋਖ ਧਾਰਨ ਕਰ ਲਾ ਤੋ ਇਥੇ ਪਾਣੀ ਪੀਤਾ ਜਿਦਾ ਸਰੀਰ ਨੂੰ ਜਿਉਂਦਾ ਰੱਖਣ ਲਈ ਪਾਣੀ ਚਾਹੀਦਾ ਮਨ ਨੂੰ ਜਿਉਂਦਾ ਰੱਖਣ ਲਈ ਇੰਨਾ ਹੀ ਸੰਤੋਖ ਚਾਹੀਦਾ ਅੱਜ ਮਾਰੋ ਧਿਆਨ ਅੱਜ ਹੈ ਪਰਿਵਾਰਾਂ ਚ ਸੰਤੋਖ ਭਰਾ ਭਰਾ ਨਾ ਠੱਗੀ ਨਹੀਂ ਮਾਰ ਰਿਹਾ ਦੋਸਤ ਦੋਸਤ ਦੇ ਨਾਲ ਬੇਈਮਾਨੀ ਨਹੀਂ ਕਰ ਰਿਹਾ ਬੰਦਾ ਲੁੱਟ ਕੋ ਸੁੱਟ ਨਹੀਂ ਕਰ ਰਿਹਾ ਠਕੇ ਨਹੀਂ ਕਰ ਰਿਹਾ ਦੂਜਿਆਂ ਦੇ ਨਾਲ ਅੱਜ ਸੰਤੋਖ ਵਜ ਗਿਆ ਸਾਡੀ ਜ਼ਿੰਦਗੀ ਚ ਸਬਰ ਵਜ ਗਿਆ ਇਸੇ ਇਸੇ ਸੰਤੋਖ ਦੀ ਗੱਲ ਬਾਣੀ ਚ ਪੜ ਕੇ ਵੇਖੋ ਤੁਸੀਂ ਕਿਨੇ ਪਿਆਰੇ ਸ਼ਬਦ ਵਰਤੇ ਨੇ ਵੈਸੇ ਇੱਕ ਬੇਨਤੀ ਕਰਾਂ ਭਗਤ ਫਰੀਦ ਦੇ ਬਹੁਤ ਪਿਆਰੇ ਬਜਨੇ ਸਬਰ ਮੰਝ ਕਮਾਨ ਇਹ ਸਬਰ ਕਾ ਨੇਹਣੋ ਸਬਰ ਸੰਧਾ ਬਾਣ ਖਾਲ ਖਤਾ ਨਾ ਕਰੀ ਭਗਤ ਫਰੀਦ ਜੀ ਕਹਿੰਦੇ ਨੇ ਸਬਰ ਮੰਝ ਕਮਾਨ ਹੇ ਬੰਦੇ ਆ ਜੇ ਤੂੰ ਸਬਰ ਨੂੰ ਹੀ ਆਪਣਾ ਕਮਾਨ ਬਣਾ ਲੈ ਸਬਰ ਮੰਝ ਕਮਾਨ ਇਹ ਸਬਰ ਕਾ ਨੇਹਣੋ ਸਬਰ ਨੂੰ ਹੀ ਆਪਣਾ ਚਿੱਲਾ ਬਣਾ ਲੈ ਸਬਰ ਸੰਦਾ ਬਾਣ ਤੇ ਸਬਰ ਨੂੰ ਹੀ ਆਪਣਾ ਤੀਰ ਬਣਾ ਲੈ ਤਿੰਨ ਚੀਜ਼ਾਂ ਹੁੰਦੀਆਂ ਨੇ ਚਿੱਲਾ ਤੀਰ ਤੇ ਕਮਾਨ ਚਿੱਲਾ ਜਿਸੇ ਫੜ ਕੇ ਤੀਰ ਛੱਡਿਆ ਜਾਂਦਾ ਜਿਸ ਤੋਂ ਪਕੜਿਆ ਜਾਂਦਾ ਉਹਨੂੰ ਚਿੱਲਾ ਕਹਿੰਦੇ ਐ ਕਿੱਲੇ ਤੇ ਚੜਾਉਣਾ ਕਹਿੰਦੇ ਸੰਤੋਖ ਨੂੰ ਹੀ ਤੀਰ ਬਣਾ ਲਵੇਂ ਸਬਰ ਹੀ ਤੇਰੀ ਜ਼ਿੰਦਗੀ ਦਾ ਚਿੱਲਾ ਹੋਵੇ ਸਬਰ ਹੀ ਤੇਰੇ ਕੋਲ ਕਮਾਨ ਹੋਵੇ ਤੇ ਜਦੋਂ ਨੂੰ ਮੂੰਹ ਕਰਕੇ ਤੂੰ ਤੀਰ ਛੱਡੇਂਗਾ ਨਾ ਤੇਰਾ ਨਿਸ਼ਾਨਾ ਗੱਦੀ ਖਾਲੀ ਨਹੀਂ ਯਾਨੀ ਕਿ ਸਬਰ ਵਾਲਾ ਬੰਦਾ ਕਦੀ ਵੀ ਕਲਪਦਾ ਨਹੀਂ ਕਿਉਂਕਿ ਉਹ ਹਰ ਕਦਮ ਪੁੱਟਣ ਤੋਂ ਪਹਿਲਾਂ ਉਹਦੇ ਨਤੀਜੇ ਬਾਰੇ ਸੋਚਦਾ ਹੈ ਨਤੀਜੇ ਬਾਰੇ ਸੋਚਦਾ ਹੈ ਉਹ ਤੁਰਦਾ ਹੈ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਦਾ ਹੈ ਤਾਂ ਪਾਤਸ਼ਾਹ ਨੇ ਕਿਨੇ ਪਿਆਰੇ ਸ਼ਬਦ ਵਰਤੇ ਕਿ ਕਿਹੜੇ ਸਰੀਰ ਨੂੰ ਜਿਉਂਦਾ ਰੱਖਣ ਲਈ ਜਿੰਨੀ ਹਵਾ ਜ਼ਰੂਰੀ ਹੈ ਮਨ ਨੂੰ ਜਿਉਂਦਾ ਰੱਖਣ ਲਈ ਇੰਨਾ ਗੁਰੂ ਜ਼ਰੂਰੀ ਹੈ ਜਿਹੜੇ ਕਹਿੰਦੇ ਗੁਰੂ ਦੀ ਕੀ ਲੋੜ ਹੈ ਗੋ ਹਨੇਰਾ ਰੂ ਰੋਸ਼ਨੀ ਗੁਰੂ ਮਰਦਿਆਂ ਚ ਜਾਨ ਪਾਉਂਦਾ ਜਿਹੜੇ ਆਤਮਿਕ ਤੌਰ ਤੇ ਮਰ ਚੁੱਕੇ ਨੇ ਕਿੰਨਿਆਂ ਨੂੰ ਜਿਉਂਦੇ ਕੀਤਾ ਗੁਰੂ ਨੇ ਜਿਹੜੇ ਆਤਮਿਕ ਤੌਰ ਤੇ ਮਰ ਚੁੱਕੇ ਸੀ ਸਤਗੁਰ ਪਾਰਸ ਪਰਸ ਹੈ ਕੰਚਨ ਕਰੇ ਮਨੂਰ ਮਲੀਣਾ ਸਤਗੁਰ ਬਾਮਨ ਚੰਦਨੋ ਜਿਹੜੇ ਆਤਮਿਕ ਤੌਰ ਤੇ ਠੀਕ ਹੈ ਗੁਰੂ ਨੂੰ ਕਰਾਮਾਤੀ ਤੌਰ ਤੇ ਲੋਕ ਪੀਸ਼ ਕਰ ਰਹੇ ਨੇ ਨਾ ਗੁਰੂ ਸਾਹਿਬ ਅੰਦਰ ਦੇ ਡੈੱਡ ਹੋਏ ਜੀਵਨ ਨੂੰ ਫਿਰ ਦੁਬਾਰਾ ਤੋਂ ਸੁਰਜੀਤ ਕਰਦੇ ਤੇ ਤੋੜਦੇ ਨੇ ਨਵੀਂ ਰੂਹ ਫੂਕ ਕੇ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਉਂਦੇ ਨੇ ਐਵੇਂ ਸੁਣਾ ਆਖਿਆ ਸੀ ਕਵੀਆਂ ਨੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਹ ਕਿਉਂ ਲਬਜ ਵਰਤੇ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਜਾਨੀ ਕਿ ਕਦੀ ਪੰਜਾਬ ਵਾਸੀ ਮੰਨਦਾ ਸੀ ਵੀ ਗੁਰੂ ਕੋਲੋਂ ਮੈਨੂੰ ਇੱਕ ਨਵਾਂ ਜੀਵਨ ਮਿਲਦਾ ਹੈ ਵੱਖਰੀ ਗੱਲ ਹੈ ਅੱਜ ਅਸੀਂ ਉਸ ਭਾਵਨਾ ਨਾਲ ਉਸ ਵਿਸ਼ਵਾਸ ਨਾਲ ਗੁਰੂ ਦੀ ਬਾਣੀ ਪੜ੍ਹਦੇ ਨਹੀਂ ਅਸੀਂ ਤਾਂ ਮੰਤਰਾਂ ਤੰਤਰਾਂ ਤੱਕ دنیਵੀ ਪਦਾਰਥ ਮੰਗਣ ਤੱਕ ਸੀਮਤ ਰਹਿ ਗਏ ਰਹੀਂ ਉਹ ਅਗਲੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਬਣਾ ਕੇ ਉਹਦੀ ਪੂਜਾ ਸ਼ੁਰੂ ਕਰ ਦਿੱਤੀ ਦੋ ਕੈਟਾਗਰੀਆਂ ਨੇ ਕਿਤੇ ਬਿਲਕੁਲ ਇਸ ਤਰ੍ਹਾਂ ਪੇਸ਼ ਕਰ ਰਿਹਾ ਜਿਵੇਂ ਸਾਨੂੰ ਭੁੱਖ ਲੱਗਦੀ ਹੈ ਸਾਨੂੰ ਤਰੇ ਲੱਗਦੀ ਹੈ ਸਾਨੂੰ ਠੰਡ ਲੱਗਦੀ ਹੈ ਸਾਨੂੰ ਸਰਦੀ ਗਰਮੀ ਲੱਗਦੀ ਹੈ ਇਦਾਂ ਗੁਰੂ ਗ੍ਰੰਥ ਸਾਹਿਬ ਨੂੰ ਲੱਗਦੀ ਹੈ ਤੇ ਇਹ ਦੂਜੀ ਕੈਟਾਗਰੀ ਉਹ ਹੈ ਜਿਹੜਾ ਕਹਿੰਦਾ ਇਹ ਚ ਹੈ ਹੀ ਕੀ ਹੈ ਪ੍ਰਵਾਨ ਦੋਵੇਂ ਨਹੀਂ ਇਹ ਕੋ ਕੈਟਾਗਰੀ ਜਿਹੜੀ ਸੈਰ ਕਰਾ ਰਹੀ ਹੈ ਇਹ ਕੋ ਕੈਟਾਗਰੀ ਹੈ ਜਿਹੜੀ ਏਸੀ ਪੱਖੇ ਕਹਿੰਦੇ ਜਦੋਂ ਸਾਨੂੰ ਠੰਡ ਲੱਗਦੀ ਹੈ ਭੋਗ ਲਵਾ ਰਹੀ ਹੈ ਇਹ ਕੋ ਕੈਟਾਗਰੀ ਹੈ ਇੱਕ ਦੂਜੀ ਕੈਟਾਗਰੀ ਹੈ ਜਿਹੜੇ ਕਹਿੰਦੇ ਇਹ ਚ ਕੀ ਐਸਾ ਕਹੜਾ ਜਿਨ੍ਹਾਂ ਨੂੰ ਗੁਰੂ ਕਹੀਏ ਠੀਕ ਹੈ ਜੀ ਆਪੋ ਆਪਣੀ ਸੋਚ ਹੁੰਦੀ ਜਿਹਨੂੰ ਨਹੀਂ ਲੱਗਦਾ ਵੱਖਰੀ ਗੱਲ ਹੈ ਉਹ ਵੀ ਇਦਾਂ ਦੇ ਬਿਆਨ ਨੇ ਜਦੋਂ ਲੋੜ ਪੈਲੀ ਉਦੋਂ ਕਹਿ ਲੋ ਉਦੋਂ ਸਿਰ ਤੇ ਚੱਕ ਲੋ ਜਦੋਂ ਪਤਾ ਲੱਗੇ ਵੀ ਹੁਣ ਬੇੜੀ ਡੁੱਬਣ ਵਾਲੀ ਉਦੋਂ ਦੂਜਾ ਰੂਪ ਧਾਰਨ ਕਰ ਲੋ ਫਿਰ ਗੱਲ ਦਾ ਖਿਆਲ ਰੱਖਣਾ ਗੁਰੂ ਸਾਹਿਬ ਦੀ ਬਾਣੀ ਬਾ ਕਮਾਲ ਜਿਹੜੀ ਸਾਨੂੰ ਨਵੀਂ ਜ਼ਿੰਦਗੀ ਜੂਣ ਦਾ ਤਰੀਕਾ ਬਖਸ਼ਿਸ਼ ਕਰਦੀ ਹੈ ਗੁਰੂ ਸਾਹਿਬ ਨੇ ਜਿਹੜੇ ਖਿਆਲਾਤ ਦਿੱਤੇ ਉਹ ਬਾ ਕਮਾਲ ਨੇ ਇਹ ਠੀਕ ਹੈ ਇਹਨੂੰ ਦਿਆਂ ਦੀ ਤਰ੍ਹਾਂ ਪੂਜਿਆ ਜਾ ਰਿਹਾ ਉਦਾਂ ਭੋਗ ਲਵਾਏ ਜਾ ਰਹੇ ਨੇ ਉਦਾਂ ਤਿਲਕ ਲਵਾਈ ਜਾ ਰਹੇ ਇਹ ਮਨਮਤ ਹੈ ਗੁਰਬਾਣੀ ਨੂੰ ਸਮਝਣਾ ਵਿਚਾਰਨਾ ਸਭ ਤੋਂ ਵੱਡਾ ਸਤਿਕਾਰ ਹੈ ਇਹ ਧਿਆਨ ਰੱਖੋ ਕਿਵੇਂ ਜੋ ਗੁਰੂ ਦੀ ਗੱਲ ਪੜ੍ਹ ਸੁਣ ਰਿਹਾ ਮੈਂ ਆਪਣੇ ਪਰਿਵਾਰ ਆਪਣੇ ਸਮਾਜ ਵਿੱਚ ਲਾਗੂ ਕਰ ਰਿਹਾ ਸੇਵ ਨੇ ਬਖਸ਼ਿਸ਼ ਕੀਤਾ ਜਿਵੇਂ ਸਰੀਰ ਨੂੰ ਜਿਉਂਦੇ ਰੱਖਣ ਲਈ ਜਿੰਨੀ ਹਵਾ ਜ਼ਰੂਰੀ ਹੈ ਮਨ ਨੂੰ ਜਿਉਂਦੇ ਰੱਖਣ ਲਈ ਏਨਾ ਹੀ ਗੁਰੂ ਗਿਆਨ ਗੁਰੂ ਦੀ ਸਿੱਖਿਆ ਜ਼ਰੂਰੀ ਹੈ ਪਾਣੀ ਪੀਤਾ ਜਿਦਾ ਸਰੀਰ ਨੂੰ ਸਾਫ਼ ਸੁਥਰਾ ਪਾਣੀ ਚਾਹੀਦਾ ਜਿਉਂਦੇ ਰਹਿਣ ਲਈ ਇਦਾਂ ਹੀ ਸੰਤੋਖ ਪੀਤਾ ਜੇ ਜਦੀ ਗੋਦ ਵਿੱਚ ਇਸ ਮਨ ਬੱਚੇ ਨੇ ਪਲਣਾ ਤੇ ਮਾਂ ਕਿਹੜੀ ਹੈ ਮਾਤਾ ਧਰਤਮਾਹਤ ਜਿਵੇਂ ਸਰੀਰ ਨੂੰ ਜਿਉਂਦੇ ਰੱਖਣ ਲਈ ਧਰਤੀ ਚਾਹੀਦੀ ਹੈ ਉਹ ਧਰਤੀ ਕੋਈ ਵੀ ਹੋ ਸਕਦੀ ਹੈ ਜਿਸ ਧਰਤੀ ਤੇ ਰਹਿ ਕੇ ਇਸ ਮਨੁੱਖ ਨੂੰ ਨਵਾਂ ਜੀਵਨ ਮਿਲਦਾ ਹੈ ਜਿਸ ਧਰਤੀ ਜੋ ਬੜਾ ਕੁਝ ਮਿਲਦਾ ਹੈ ਜਿਵੇਂ ਧਰਤੀ ਚ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੁਏ ਕਵਾਰ ਧਰਤੀ ਚ ਕਿੰਨਾ ਵੱਡਾ ਖਜ਼ਾਨਾ ਹੈ ਜਿੰਨੇ ਮਰਜੀ ਖਜ਼ਾਨੇ ਕੱਢੀ ਜਾ ਕਿੰਨੇ ਕਿੰਨਾ ਸੰਸਾਰ ਜਿਹੜਾ ਧਰਤੀ ਦੇ ਸਿਰ ਤੋਂ ਹੀ ਪੜ ਰਿਹਾ ਹੈ ਕਿੰਨੀ ਬਰਸਪਤੀ ਉਗ ਰਹੀ ਐ ਕਿੰਨੇ ਫੁੱਲ ਬੂਟੇ ਉਗਰੇ ਨੇ ਕਿ ਜਿਦੀ ਵੱਡੀ ਮਾਂ ਜਿਵੇਂ ਮਾਂ ਮਾਂ ਬੱਚੇ ਨੂੰ ਪਾਲਦੀ ਐ ਕਿੰਨੇ ਲੋਕ ਨੇ ਕਿਸਾਨ ਐ ਉਹ ਕਿ ਇਹ ਚ ਬੀਜ ਪਾਉਂਦਾ ਉਹ ਕਹਿੰਦੀ ਆ ਪੁੱਤਰਾ ਇਹ ਚ ਇੱਕ ਬੀਜ ਪਾਇਆ ਮੈਂ ਕਿੰਨੇ ਬੀਜ ਕਰਕੇ ਦੇਵਾਂਗੇ ਤੈਨੂੰ ਕਿੰਨੇ ਫੁੱਲ ਬੂਟੇ ਕਈਆਂ ਦੇ ਫੁੱਲਾਂ ਦੇ ਵਪਾਰ ਨੇ ਉੱਤਰਤੀ ਦੇ ਸਰ ਤੇ ਚੱਲਦੇ ਨੇ ਜਿਵੇਂ ਮਾਂ ਬੱਚੇ ਨੂੰ ਪਾਲਦੀ ਐ ਧਰਤੀ ਵੀ ਪਾਲ ਰਹੀ ਐ ਉਹ ਕਹਿੰਦੀ ਆ ਪੁੱਤਰਾ ਆ ਤੇਰੇ ਪਰਿਵਾਰ ਦਾ ਖਰਚਾ ਮੇਰੇ ਤੋਂ ਚੱਲੇਗਾ ਜੇ ਕਿਸਾਨ ਮੱਝਾਂ ਗਾਵਾਂ ਰੱਖਦਾ ਪੱਠੇ ਜ਼ਮੀਨ 'ਚ ਜਿਹੜਾ ਚਾਰਾ ਬੀਜਦਾ ਵੀ ਜ਼ਮੀਨ 'ਚ ਬੀਜਦਾ ਹੈ ਉਹ ਤੇ ਸਿਰ ਤੇ ਮੱਝਾਂ ਗਾਵਾਂ ਖਾਂਦੀਆਂ ਨੇ ਉਹ ਚਾਰਾ ਪੱਠੇ ਉਸ ਤੋਂ ਬਾਅਦ ਦੁੱਧ ਦੀ ਪੈਦਾਵਾਰ ਹੁੰਦੀ ਹੈ ਜਿਵੇਂ ਬੱਚਾ ਮਾਂ ਨੂੰ ਜਿਵੇਂ ਮਾਂ ਬੱਚੇ ਨੂੰ ਪਾਲਦੀ ਹੈ ਇਦਾਂ ਧਰਤੀ ਇਸ ਸਮਾਜ ਰੂਪੀ ਬੱਚਿਆਂ ਨੂੰ ਪਾਲ ਰਹੀ ਹੈ ਦੁਨੀਆ ਤੇ ਪੜ ਰਹੇ ਨੇ ਕਿੰਨਾ ਕੁਝ ਨਿਕਲ ਰਿਹਾ ਆਪਾਂ ਪਿੱਛੇ ਪੜ ਆਏ ਆ ਮੈਂ ਤਾਂ ਸਿਰਫ ਟੂਕ ਮਾਤਰ ਉਹ ਪੁਰਾਣੀ ਗੱਲ ਪਿਛਲੀ ਗੱਲ ਨਾਲ ਜੋੜ ਰਿਹਾ ਇਦਾਂ ਹੀ ਜਿਵੇਂ ਧਰਤੀ ਸਾਡੇ ਰਹਿਣ ਵਾਸਤੇ ਸਾਡੀ ਮਦਦ ਕਰਦੀ ਹੈ ਇਹਨੂੰ ਮਾਤਾ ਕਿਹਾ ਧਰਤੀ ਮਾਂ ਨੇ ਇਦਾਂ ਹੀ ਮਨ ਨੂੰ ਜਿਉਦੇ ਰਹਿਣ ਲਈ ਜਿਨਾਂ ਸਰੀਰ ਨੂੰ ਜਿਉਂਦੇ ਰਹਿਣ ਲਈ ਜਿੰਨੀ ਧਰਤੀ ਜ਼ਰੂਰੀ ਹੈ ਮਨ ਨੂੰ ਜਿਉਂਦੇ ਰਹਿਣ ਲਈ ਇੰਨੀ ਮਾਂ ਜ਼ਰੂਰੀ ਹੈ ਉਹ ਕਿਹੜੀ ਮਾਂ ਹੈ ਮਾਤਾ ਮਤ ਇਥੇ ਆਖਿਆ ਮਾਤਾ ਧਰਤ ਮਹਤ ਸਰੀਰ ਨੂੰ ਜਿਉਂਦੇ ਰਹਿਣ ਲਈ ਜਿੰਨੀ ਧਰਤੀ ਜ਼ਰੂਰੀ ਹੈ ਮਨ ਨੂੰ ਜਿਉਂਦੇ ਰੱਖਣ ਲਈ ਇੰਨੀ ਮਾਂ ਜ਼ਰੂਰੀ ਹੈ ਕਿਹੜੀ ਮਾਂ ਮਾਤ ਰੂਪੀ ਮਾਂ ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਮਤ ਇਸ ਮਨ ਦੀ ਮਾਂ ਹੈ ਮਾਤਾ ਮਤ ਪਿਤਾ ਸੰਤੋਖ ਕਾਈ ਭਗਤ ਕਬੀਰ ਨੇ ਆਖਿਆ ਸੀ ਬਾਪ ਦਲਾਸਾ ਮੇਰੋ ਕੀਨਾ ਮੇਰੇ ਮੇਰੇ ਸੰਤੋਖ ਰੂਪੀ ਮੇਰੇ ਪਰਮੇਸ਼ਰ ਰੂਪੀ ਪਿਓ ਨੇ ਮੈਨੂੰ ਹੌਸਲਾ ਦਿੱਤਾ ਬਾਪ ਦਲਾਸਾ ਮੇਰੋ ਕੀਨਾ ਸੇਜ ਸੁਖਾਲੀ ਮੁਖੇ ਅਮਰਦੀਨਾ ਹੁਣ ਮੇਰੀ ਹਿਰਦੇ ਦੀ ਸੇਜਾ ਸੌਖੀ ਹੋ ਗਈ ਕਿਉਂਕਿ ਮੁਖ ਵਿੱਚ ਉਹਨੇ ਆਪਣੀ ਅਮਰਤ ਵਿਚਾਰ ਪਾ ਦਿੱਤੀ ਹੈ ਮੁਖੇ ਅਮਰਦੀਨਾ ਤਿਸ ਬਾਪ ਕੋ ਤੇ ਲੋਕ ਆਂਦੇ ਆ ird gird wale kehnde is baap nu chhad de ਸਪਾਸ਼ੰਤੋਖ ਦਾ ਪੱਲਾ ਛੱਡ ਦੇ ਤੁਸੀਂ ਵੇਖੋ ਇੱਕ ਇਮਾਨਦਾਰ ਕਿਸੇ ਮਹਿਕਮੇ 'ਚ ਹੋਵੇ ਤੇ ਬੇਈਮਾਨ ਕਹਿੰਦੇ ਨੇ ਤੂੰ ਇਮਾਨਦਾਰ ਹੈ ਲੋਕ ਸਾਡੇ ਵੱਲ ਵੇਂਦੇ ਨੇ ਫਿਰ ਤੇ ਤੂੰ ਵੀ ਬੇਈਮਾਨ ਹੋਏਗਾ ਫਿਰ ਕਿਸੇ ਵੱਲ ਧਿਆਨ ਜਾਣਾਂ ਨਹੀਂ ਹੁਣ ਚਾਰ ਜਵਾਈ ਹੋਣ ਦੋ ਜਵਾਈ ਹੋਣ ਉਹਨਾਂ 'ਚ ਇੱਕ ਕਵੇ ਮੈਂ 1 ਰੁਪਿਆ ਲੈਣਾ ਜੀ ਮੈਂ ਸਿਰਫ ਮੈਨੂੰ ਤੁਸੀਂ ਮੈਨੂੰ ਮੇਰੀ ਪਤਨੀ ਦੇ ਦਿੱਤੀ ਐ ਤੁਸੀਂ ਪਾਲ ਕੇ ਜਵਾਨ ਕੀਤਾ ਐ ਜੀ ਪੜ੍ਹਾਈ ਤੇ ਨਾ ਖਰਚਾ ਕੀਤਾ ਮੈਨੂੰ ਕੁਝ ਨਹੀਂ ਚਾਹੀਦਾ ਤੇ ਇੱਕ ਜਵਾਈ ਸਹੁਰਿਆਂ ਦੀ ਜਾਇਦਾਦ ਤੇ ਨਿਗ੍ਹਾ ਰੱਖਦਾ ਹੁਣ ਉਹਨੂੰ ਉਹਨੂੰ ਚੁਬਦਾ ਤੇ ਵੜਾਓ ਕਦ ਤੱਕ ਤੇਰੇ ਸਬਰ ਦੇ ਨਾਲ ਨਾ ਮੈਂ ਬੇਈਮਾਨ ਸਿੱਧ ਹੋ ਰਿਹਾ ਮੈਂ ਲਾਲਚੀ ਸਿੱਧ ਹੋ ਰਿਹਾ ਤੂੰ ਮੇਰੇ ਵਰਗਾ ਬਣ ਹੁਣ ਉਹ ਦੇ ਵਰਗਾ ਬਣ ਨਹੀਂ ਸਕਦਾ ਉਹ ਉਹ ਉਹਦੇ ਵਰਗਾ ਸਬਰ ਧਾਰਨ ਕਰਨਾ ਉਹਨੂੰ ਔਖਾ ਲੱਗਦਾ ਉਹਨੂੰ ਆਪਣੇ ਵਰਗਾ ਕਰਨਾ ਚਾਹੁੰਦਾ ਵੀ ਤੂੰ ਵੀ ਮੇਰੇ ਵਰਗਾ ਹੋ ਜਾ ਤਾਂ ਕਿ ਦੋਵੇਂ ਇੱਕ ਹੋ ਜੇ ਕਿਉਂਕਿ ਹੁਣ ਕੁਦਰਤੀ ਗੱਲ ਹੈ ਜਿਹੜਾ ਲਾਲਚੀ ਨਹੀਂ ਉਹਦੇ ਅੱਗੇ ਅੱਗੇ ਪਿੱਛੇ ਭਾਈ ਦੇ ਸੌਰੇ ਅਗਲੇ ਸਤਕਾਰ ਕਰਦੇ ਵੀ ਇਹ ਜਵਾਈ ਲਾਲਚੀ ਨਹੀਂ ਸਾਡਾ ਜਿਹੜਾ ਲਾਲਚੀ ਆ ਉਹ ਤਾਂ ਫਿਰ ਜਿੰਨਾ ਗੁੜ ਪਾਉ ਉਹਨਾ ਗਿਠਾ ਅਗਲੇ ਫਿਰ ਉਸ ਹੱਬ ਨੇ ਚਾਹ ਪੜਨੀ ਪੁੱਛਦੇ ਅਗਲੇ ਉਹ ਮੂੰਹ ਤੇ ਠੀਕ ਹੈ ਭਾਈਆ ਜੀ ਭਾਈਆ ਜੀ ਕਰਦੇ ਹੋਣਗੇ ਸਰੇ ਦਾ ਨਕਮਾ ਤੇ ਲਾਲਚੀ ਹੈ ਲੋਭ ਨਾ ਭਰਿਆ ਪਿਆ ਗੱਡੀ ਭਾਵੇਂ 50 ਲੱਖ ਦੀ ਤੇ ਕਿਉਂ ਨਾ ਗਿਆ ਹੋਵੇ ਸੋਹਰੇ ਉਹ ਭਾਵੇਂ ਸਧਾਰਨ ਗੱਡੀ ਤੇ ਗਿਆ ਹੋਵੇ ਅਗਲੇ ਕਹਿੰਦੇ ਭਾਈ ਲਾਲਚੀ ਨਹੀਂ ਹੈ ਬੰਦਾ ਤਾਂ ਫਿਰ ਗੱਲ ਨੂੰ ਸਮਝਣਾ ਜਿਹੜੀ ਇੱਥੇ ਗੁਰੂ ਪਾਤਸ਼ਾਹ ਜੀ ਗੱਲ ਕਰ ਰਹੇ ਬੜੀ ਬਾ ਕਮਾਲ ਹੈ ਕਿ ਬੰਦਿਆ ਆਪਣੀ ਜ਼ਿੰਦਗੀ ਵਿੱਚ ਇਹ ਗੁਣ ਧਾਰਨ ਕਰ ਮਾਤਾ ਮਤ ਪਿਤਾ ਸੰਤੋਖ ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਜਿਹੜੀ ਮਤ ਹੈ ਉਹ ਇਸ ਮੰਨ ਦੀ ਮਾਂ ਬਣ ਜਾਏ ਭਾਵ ਇਹ ਤਿੰਨੇ ਗੁਣ ਨੇ ਇਸ ਤਨੇ ਕਰਨੀ ਇਹ ਵਿਚਾਰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਤਾਂ ਕਿ ਜ਼ਿੰਦਗੀ ਸਾਡੀ ਖੂਬਸੂਰਤ ਬਣ ਜਾਏ ਤਾਂ ਪਾਸ਼ਾ ਬਖਸ਼ਿਸ਼ ਕਰਦੇ ਨੇ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਮਾਤਾ ਮੀਨ ਵੱਡੀ ਕਹਿੰਦੇ ਗੁਰੂ ਵੱਲੋਂ ਬਖਸ਼ਿਸ਼ ਕੀਤੀ ਜਿਹੜੀ ਮਤ ਹੈ ਉਹ ਬਹੁਤ ਵੱਡੀ ਹੈ ਮਾਤਾ ਮਤ ਪਿਤਾ ਸੰਤੋਖ ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਮਤ ਜਿਹੜੀ ਹੈ ਉਹ ਮਾਂ ਹੈ ਤੇ ਸਬਰ ਪਿਓ ਹੈ ਇਹ ਇਹਨਾਂ ਦੋਹਾਂ ਦੀ ਇਹਨਾਂ ਦੋਹਾਂ ਦੇ ਮਿਲਾਵ ਵਿੱਚੋਂ ਇੱਕ ਸੇਵਕ ਦਾ ਜਨਮ ਹੋਣਾ ਹੈ ਇਜਿਹੜੋਂ ਦੋਵੇਂ ਮਿਲਦੇ ਨੇ ਮਤ ਮਿਲਦੀ ਐ ਤੇ ਸੰਤੋਖ ਆਪਸ ਵਿੱਚ ਮਿਲਦੇ ਨੇ ਇਹਨਾਂ ਵਿੱਚੋਂ ਇੱਕ ਸੇਵਕ ਦਾ ਜਨਮ ਹੁੰਦਾ ਫਿਰ ਜਿਵੇਂ ਮਾਤਾ ਪਿਤਾ ਤੋਂ ਬਾਲ ਕੇ ਜਨਮ ਲੈਂਦਾ ਐ ਇਦਾਂ ਹੀ ਇਹ ਜਿਹੜੇ ਮਾਤਾ ਪਿਤਾ ਨੇ ਗੁਣਰੂਪੀ ਮਾਤਾ ਪਿਤਾ ਗੁਰੂ ਵੱਲੋਂ ਬਖਸ਼ਿਸ਼ ਕੀਤੀ ਮਾਤ ਤੇ ਸੰਤੋਖ ਜਿਹੜੋਂ ਮਿਲਦੇ ਨੇ ਆਪਸ ਇੱਕ ਸੇਵਕ ਦਾ ਜਨਮ ਹੁੰਦਾ ਤਾਂ ਹੀ ਆਖਿਆ ਸੀ ਨਾ ਮਾਨ ਅਭਿਮਾਨ ਮੰਦੇ ਸੋ ਸੇਵਕ ਨਹੀਂ ਤਾਂ ਹੀ ਆਖਿਆ ਸੀ ਵਿਜਲਾ ਜੇ ਮਾਨ ਅਭਿਮਾਨ ਚ ਫਸਿਆ ਸੇਵਕ ਕਿਦਾਂ ਹੋ ਸਕਦਾ ਜਿਹੜਾ ਸਰੋਪੇ ਤੋਂ ਲੜ ਪਵੇ ਮਹੀਨੇ ਸੇਵਾ ਕੀਤੀ ਮੇਰਾ ਨਾਂ ਕਿਉਂ ਨਹੀਂ ਲਿਖਿਆ ਬਾਹਰ ਤੁਸੀਂ ਬਈ ਉਸੇ ਵਕਾ ਦਾ ਆਇਆ ਫਿਰ ਤੋ ਇੱਥੇ ਬਖਸ਼ਿਸ਼ ਕਰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਤੇ ਦਿਵਸ ਰਾਤ ਦੋਈ ਦਾਈ ਦਇਆ ਦਿਨ ਰਾਤ ਇਹਨਾਂ ਵਿੱਚ ਇਹ ਜੀਵ ਖੇਡ ਰਿਹਾ ਹੁਣ ਦੋ ਕਿਸਮ ਦੇ ਜੀਵ ਖੇਡਾਂ ਖੇਡਦੇ ਇੱਕ ਜੀਵ ਤੇ ਇੱਕ ਜੀਵ ਉਹ ਹੈ ਜਿਹੜਾ ਆ ਜਿਹੜੇ ਉੱਪਰ ਦੱਸੇ ਹੋਏ ਗੁਣ ਨੇ ਗੁਰੂ ਪਿਤਾ ਸੰਤੋਖ ਮਾਤਾ ਗੁਰੂ ਵੱਲੋਂ ਬਖਸ਼ਿਸ਼ ਕੀਤੀ ਮਤ ਇਹਨਾਂ ਦੀ ਨਿਗਰਾਨੀ 'ਚ ਖੇਡਾਂ ਖੇਡ ਰਿਹਾ ਹੁਣ ਬੱਚਾ ਮਾਂ-ਬਾਪ ਦੀ ਨਿਗਰਾਨੀ 'ਚ ਖੇਡ ਖੇੜੇ ਮਾਂ-ਬਾਪ ਨੂੰ ਖੁਸ਼ੀ ਹੁੰਦੀ ਹੈ ਨਾ ਖੇਡਾਂ ਵੀ ਤੇ ਬੜੀਆਂ ਚੰਗੀਆਂ ਨੇ ਚੰਗੀਆਂ ਖੇਡਾਂ ਜਦੋਂ ਬੱਚਾ ਮਾਂ-ਬਾਪ ਦੀ ਨਿਗਰਾਨੀ 'ਚ ਖੇਡ ਖੇਡਦਾ ਇੱਦਾਂ ਕੋਈ ਫੁੱਟਬਾਲ ਖੇਡਦਾ ਹੈ ਕੋਈ ਵਾਲੀਬਾਲ ਖੇਡਦਾ ਹੈ ਕੋ ਕ੍ਰਿਕਟ ਖੇਡਦਾ ਖੇਡਦਾ ਮਾਂ-ਮਾਵਾ ਨੂੰ ਖੁਸ਼ੀ ਹੁੰਦੀ ਬੱਚਾ ਮੈਨੂੰ ਪੁੱਛ ਕੇ ਗਿਆ ਇਹਨੇ ਇਹਦੀ ਕੋਈ ਸੰਗਤ ਮਾੜੀ ਨਹੀਂ ਹੈ ਇਹਨੇ ਖੇਡ ਕੇ ਵਾਪਸ ਆ ਜਾਣਾ ਪਤਾ ਹੈ ਮਾਂ ਨੂੰ ਦੱਸ ਕੇ ਗਿਆ ਬਾਪ ਨੂੰ ਦੱਸ ਕੇ ਗਿਆ ਕੋ ਖੇਡ ਹੁਣ ਉਹ ਨਾ ਤਾਂ ਇੱਕ ਜੂਆ ਵੀ ਖੇਡੜਾ ਉਮਰੀਏ ਉਥੇ ਕਰੋ ਉਥੇ ਮਾਨੂੰ ਲੋਗ ਲਾਲਾ ਰੱਖਣੇ ਪੈਂਦੇ ਵੀ ਜਿਹੜੇ ਮੈਂ ਰਖੇ ਆਟੇ ਦਾਣ ਵਾਸਤੇ ਪੈਸੇ ਉਹ ਵੀ ਇਹਨੇ ਲੈ ਜਾਣੇ ਨੇ ਛਟਾ ਲਾਉਣਾ ਗਲਤ ਕੰਮ ਕਰਨੇ ਉਹ ਵੀ ਉਹਦੇ ਮੁਤਾਬਕ ਖੇਡ ਆੜੀਆਂ ਲੋਕਾ ਲੋਟਰੀਆਂ ਪਾਉਂਦੇ ਨੇ ਆਪ ਆਪ ਨੂੰ ਤਾਂ ਉਹ ਖੇਡ ਹੀ ਹੈ ਨਾ ਜੂਆ ਖੇਡਦੇ ਆ ਵੀ ਇੱਥੇ ਪੈਸੇ ਲਾਏ ਤੇ ਗਾਂ ਮੈਂ ਤੁਰ ਪਵਾਂਗਾ ਹੁਣ ਖੇਡ ਵੀ ਦੋ ਕਿਸਮ ਦੀ ਹੈ ਇੱਕ ਇੱਕ ਗੁਰੂ ਪਿਤਾ ਸੰਤੋਖ ਮਾਤਾ ਮਤ ਇਹਦੀ ਨਿਗਰਾਨੀ ਚ ਖੇਡ ਰਿਹਾ ਜੀਵ ਜਿਹੜੇ ਇਹ ਖੇਡਾਂ ਖੇਡਦੇ ਆ ਉਹਨਾਂ ਦੇ ਨਾਂ ਅੱਜ ਤੱਕ ਵੀ ਆਪਾਂ ਅਰਦਾਸ ਵਿੱਚ ਲੈਨੇ ਲੋਕ ਯਾਦ ਕਰਦੇ ਵੀ ਇਹੋ ਜੀ ਖੇਡ बार-बार ਦੁਨੀਆ ਤੇ ਆਣ ਕੇ ਖੇਡੀ ਜਾਵੇ ਬੜੇ ਚੰਗੇ ਇਨਸਾਨ ਨੇ ਜੀਵਨ ਖੂਬਸੂਰਤ ਬਣ ਜਾਂਦਾ ਹੈ। ਤੋਂ ਸਹਿਬ ਸੱਚੇ ਪਾਤਸ਼ਾਹ ਕਿੱਡੀ ਕਮਾਲ ਦੀ ਵਿਚਾਰ ਇੱਥੇ ਬਖਸ਼ਿਸ਼ ਕਰ ਰਹੇ ਨੇ। ਕਹਿੰਦੇ ਕਿ ਹੇ ਬੰਦੇ ਆ ਆਪਣੀ ਜ਼ਿੰਦਗੀ ਨੂੰ ਜੂਣਾ ਸਿੱਖ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਤਾਂ ਕਿ ਤੇਰੀ ਜ਼ਿੰਦਗੀ ਵਧੀਆ ਬਣ ਸਕੇ ਪਰ ਇਹ ਜਿਹੜੇ ਲੋਕ ਗੁਰੂ ਸੰਤੋਖ ਬਾਪ ਤੇ ਗੁਰੂਵਾਂ ਨੂੰ ਬਖਸ਼ਿਸ਼ ਕੀ ਤੀਉ ਮਤ ਇਹਨਾਂ ਦੀ ਨਿਗਰਾਨੀ 'ਚ ਖੇਡ ਖੇਡਦੇ ਆ ਉਹ ਵਧੀਆ ਇਨਸਾਨ ਬਣਦੇ ਆ ਉਹ ਚੰਗੇ ਕੰਮ ਕਰਦੇ ਤੇ ਜਿਹੜੇ ਇਹਦਾ ਲੜ ਛੱਡ ਕੇ ਇਹਨਾਂ ਗੁਣਾ ਨਾਲੋਂ ਆਪਣੀ ਦੂਰੀ ਬਣਾ ਕੇ ਖੇਡ ਖੇਡਦੇ ਆ ਉਹਨਾਂ ਬਾਰੇ ਫਿਰ ਆਪਾਂ ਬਾਣੀ 'ਚ ਪਾੜੀ ਚੁੱਕੇ ਆ ਕਿ ਪ੍ਰਾਣੀ ਤੂ ਆਇਆ ਲਾਹਾ ਲੈਣ ਲਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ ਉਹਨਾਂ ਬਾਰੇ ਆਪਾਂ ਬਾਣੀ 'ਚ ਪਾੜੀ ਚੁੱਕੇ ਆ ਰੈਣ ਗਵਾਈ ਸੋਇਕ ਹੈ ਦਿਵਸ ਰਾਤੋ ਦਾਈ ਦਾ ਖੇਲੇ ਸਰਲ ਜਗ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਜਨਮ ਤੇ ਬਾ ਕੁਮਾਰ ਸ ਹੀਰੇ ਵਰਗਾ ਸੀ ਪਰ ਹੀਰੇ ਵਰਗਾ ਤਾਂ ਹੀ ਹੋਣਾ ਸੀ ਨਾ ਜੇ ਮੈਂ ਉਹਦੇ ਨਾਲ ਜੁੜਦਾ ਜੇ ਮੈਂ ਗੁਰੂ ਸੰਤੋਖ ਬਾਪ ਤੇ ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਮਾਤਾ ਦੀ ਨਿਗਰਾਨੀ ਚ ਪਲਦਾ ਤਾਂ ਹੀ ਹੀਰੇ ਵਰਗਾ ਹੋਣਾ ਸੀ ਨਾ ਹੈ ਤੇ ਜੀਵਨ ਹੀਰੇ ਵਰਗਾ ਸੀ ਤਾਂ ਪਰ ਜੇ ਮੈਂ ਜੁੜਦਾ ਸੱਚ ਨਾਲ ਤੇ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਗਾਏ ਖਾਏ ਕਿਦੇ ਹੀਰੇ ਜੈਸਾ ਜਨਮ ਮੈਂ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ RAM ਕਾ ਨਾਮ ਨਹੀਂ ਜਾਣਿਆ RAM ਦਾ ਇਸੇ ਦਸਰ ਦੇ ਪੁੱਤਰ RAM ਦੀ ਗੱਲ ਨਹੀਂ ਹੋ ਰਹੀ ਰਮੇ ਹੋਏ ਮਾਲਕ ਦੀ ਗੱਲ ਹੋ ਰਹੀ ਹੈ ਨਾਮ ਨਾ ਜਾਣਿਆ RAM ਕਾ ਮੂੜੇ ਫਿਰ ਪਾਛੇ ਪਛਤਾਏ ਰਹੇ ਦਿਵਸ ਰਾਤ ਦੇ ਦਾਈ ਦਇਆ ਖੇਲੇ ਸਗਲ ਜਗਤ ਕੁਦਮ ਕਰੇ ਪਛ ਪੰਖੀਆ ਜਿਵੇਂ ਪਸ਼ੂ ਪੰਛੀ ਕੋਲਾਣਾ ਨਹੀਂ ਕਰਦੇ ਉਹਨਾਂ ਨੂੰ ਮੌਤ ਭੁੱਲੀ ਹੁੰਦੀ ਹੈ ਬੰਦੇ ਨੂੰ ਵੀ ਭੁੱਲੀ ਪਈ ਹੈ ਵਕਾਰਾਂ ਵਿੱਚ ਫਸੇ ਹੋਏ ਬੰਦੇ ਨੂੰ ਜ਼ਿੰਦਗੀ ਜੂਣ ਦਾ ਤਰੀਕਾ ਹੀ ਭੁੱਲਿਆ ਪਿਆ ਕੁਦਮ ਕਰੇ ਪਛ ਪੰਖੀਆ ਦਿਸੈ ਨਹੀਂ ਕਾਲ ਉਤੈ ਸਤ ਮਨੁਖ ਹੈ ਫਤਮ ਆਇਆ ਜਾਲ ਮੁਕਤੇ ਸਹੀ ਭਾਲੀਐ ਉਹੋ ਹੀ ਮੁਕਤੇ ਬਣ ਗਏ ਜੇ ਸਚਾ ਨਾਮ ਸੰਭਾਲ ਦਿਵਸ ਰਾਤ ਦੋਇ ਦਾਈ ਦਇਆ ਖੇਲੇ ਸਗਲ ਜਗਤ ਦਿਵਸ ਰਾਤ ਦੋਇ ਦਾਈ ਦਇਆ ਦੋ ਕਿਸਮ ਦੇ ਲੋਕ ਨੇ ਇੱਕ ਤੇ ਇਹਨਾਂ ਦੀ ਨਿਗਰਾਨੀ ਚ ਖੇਡ ਖੇਡ ਰਹੇ ਨੇ ਉਹ ਚੰਗੇ ਨੇ ਕੋ ਜੋ ਨੇ ਜਿਹੜਾ ਇਹ ਲੜ ਛੱਡ ਕੇ ਇਹਨਾਂ ਗੁਨਾ ਦਾ ਲੜ ਛੱਡ ਕੇ ਗੁਰੂ ਸੰਤੋਖ ਰੂਪੀ ਬਾਪ ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਮਤ ਮਾਤਾ ਦਾ ਇਹਦੇ ਨਾਲੋਂ ਲਿੰਕ ਤੋੜ ਕੇ ਜ਼ਿੰਦਗੀ ਜੂਰੇ ਨੇ ਤੇ ਕੋ ਲੋਕ ਖੇਡ ਖੇਡ ਰਹੇ ਨੇ ਹੁਣ ਇਹ ਡਿਸੀਜਨ ਅਸੀਂ ਲੈਣਾ ਵੀ ਅਸੀਂ ਖੇਡ ਕਿਹੜੀ ਖੇਡਣੀ ਹੈ ਅਸੀਂ ਕਿੱਦਾਂ ਜ਼ਿੰਦਗੀ ਜੂਣਾ ਹੈ ਦਿਨ ਸ ਰਾਤ ਦੋਏ ਦਾਈ ਦਾਇਆ ਦਿਨ ਤੇ ਰਾਤ ਇਹਨਾਂ ਵਿੱਚ ਹੀ ਖੇਡਾਂ ਖੇਡੀਆਂ ਜਾ ਰਹੀਆਂ ਨੇ 100 ਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ ਸਿਵਤ ਸੁਲਾਨ ਛੱਡ ਕੇ ਕੁਰੰਗੀ ਲਗਾ ਅੰਸ ਪ੍ਰਾਣੀ ਤੂੰ ਆਇਆ ਲਹਾ ਲੈ ਭੜਕੇ ਉਠ ਪਪੋਲੀਏ ਵਿਣ ਬੁਜੇ ਮੁਗਦ ਅਜਾਨ ਸੋ ਪ੍ਰਭ ਚੇਤਨਾ ਆਇਓ ਛੁੱਟੇਗੀ ਬੇਬਾਨ ਸਤਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਨ ਪ੍ਰਾਣੀ ਤੂੰ ਆਇਆ ਲਹਾ ਲੈਣ ਦਿਵਸ ਰਾਤ ਦੇ ਦਾਈ ਦਇਆ ਖੇਲੇ ਸਗਲ ਜਗਤ ਅਗੇ ਕਹਤੇ ਚੰਗਿਆਈਆਂ ਐ ਸ਼ਬਦ ਨੂੰ ਧਿਆਨ ਦਿਓ ਚੰਗਿਆਈਆਂ ਚੰਗਿਆਈ ਉਹ ਕਰੂ ਜਿਹੜਾ ਗੁਰੂ ਸੰਤੋਖ ਬਾਪ ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਮੱਤ ਇਹਨਾਂ ਤਿੰਨਾਂ ਦੀ ਨਿਗਰਾਨੀ 'ਚ ਪੜੇਗਾ ਉਹ ਚੰਗੇ ਕੰਮ ਕਰੇਗਾ ਤੇ ਨਾਲ ਕਹਿਤਾ ਬੁਰਾਈਆਂ ਜਿਹੜਾ ਇਹਨਾਂ ਨਾਲੋਂ ਲਿੰਕ ਤੋੜ ਕੇ ਕੰਮ ਕਰੇਗਾ ਉਹ ਬੁਰਿਆ ਕੰਮਾਂ 'ਚ ਫਸੇਗਾ ਕਹਿੰਦੇ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਹੁਣ ਵਾਚੈ ਧਰਮ ਹਦੂਰ ਦਾ ਕੀ ਹੈ ਆਪਣੇ ਅੰਦਰ ਇਸ ਚੀਜ਼ ਨੂੰ ਵਾਚ ਸਮਝ ਸਮਝ ਇਸ ਗੱਲ ਨੂੰ ਕਿ ਧਰਮ ਤੇਰੇ ਅੰਦਰ ਬੈਠਾ ਹੈ ਜੇ ਧਰਮ ਰਾਜ ਹੈ ਉਹ ਤੇਰੇ ਅੰਦਰ ਬੈਠਾ ਹੈ ਉਹ ਹੁਕਮ ਰੂਪੀ ਧਰਮ ਰਾਜ ਇਹਨੂੰ ਬਾਣੀ ਦੇ ਨਾਨਕ ਜੀ ਉਪਾਇਕ ਲਿਖਨਾਵੇਂ ਧਰਮ ਬਹਾਲ ਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਣ ਵਖ ਕੱਢੇ ਜਦ ਤੁਮ ਲਿਆ ਸ਼ਬਦ ਉਹ ਵਰਤੇ ਜਿਹੜੇ ਬ੍ਰਾਹਮਣ ਵਰਦਾ ਸੀ ਵੀ ਆ ਚਤੁਰ ਐ ਗੁਪਤ ਐ ਧਰਮ ਰਾਜ ਐ ਇਦਾਂ ਦੇ ਸ਼ਬਦ ਵਰਤ ਕੇ ਮਨੁੱਖ ਨੂੰ ਸਮਝਾਇਆ ਵੀ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਬਾਹਰ ਚਤੁਰ ਗੁਪਤ ਐ ਬਾਹਰ ਕੋ ਧਰਮ ਰਾਜ ਤੇਰੇ ਅੰਦਰ ਬੈਠਾ ਹੋਇਆ ਐ ਸੱਚ ਰੂਪੀ ਹੁਕਮ ਚਲਾਉਣ ਵਾਲਾ ਉਹ ਧਰਮ ਰਾਜ ਉਹਦੇ ਸਾਹਮਣੇ ਨੂੰ ਪੇਸ਼ ਹੋਏਗਾ ਤਾਂ ਆਖੇ ਸੇ ਫਿਰ ਜਿੰਨੀ ਕਮੀ ਨਾ ਹੈ ਗੁਣ ਤੇ ਕੰਬੜੇ ਵਸਰ ਮੱਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ ਤੇ ਸਾਈਂ ਦਾ ਦਰਬਾਰ ਕਿੱਥੇ ਜੇ ਸਾਈਂ ਤੇਰੇ ਅੰਦਰ ਦਰਬਾਰ ਬਾਹਰ ਹੋਏਗਾ। ਜਦੋਂ ਬੰਦਾ ਗਲਤ ਕੰਮ ਕਰਦਾ ਲੋਕਾਂ ਦੀਆਂ ਨਜ਼ਰਾਂ ਚ ਬਾਅਦ ਚ ਦਿਖਦਾ ਸਭ ਤੋਂ ਪਹਿਲਾਂ ਆਪਣੀਆਂ ਨਜ਼ਰਾਂ ਚ ਦਿਖਦਾ ਹੈ। ਆਪਣੀ ਨਜ਼ਰਾਂ ਚ ਦਿਖਦਾ। ਉਹ ਸੇਵ ਕੀਤੇ ਬਖਸ਼ਿਸ਼ ਕਰ ਰਹੇ ਨੇ। ਕਿੰਨੇ ਪਿਆਰੇ ਬਖਸ਼ਿਸ਼ ਭਰੇ ਬਚਨ ਸਾਡੀ ਝੂਲੀ ਵਿੱਚ ਪਾ ਰਹੇ ਨੇ ਗੁਰਦੇ ਪਿਤਾ ਮਹਾਰਾਜ। ਕਹਿੰਦੇ ਚੰਗੀਆਂ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਤੇ ਕਰਮੀ ਆਪੋ ਆਪਣੀ ਵਾਚ ਇਸ ਚੀਜ਼ ਨੂੰ ਸਮਝ ਇਸ ਚੀਜ਼ ਨੂੰ ਕਿ ਤੂੰ ਚੰਗੇ ਰਸਤੇ ਤੇ ਤੁਰਨਾ ਹੈ ਕਿ ਮਾੜੇ ਰਸਤੇ ਤੇ ਤੁਰਨਾ ਹੈ ਕਿਉਂਕਿ ਕਰਮੀ ਆਪੋ ਆਪਣੀ ਆਪਣੇ ਕਰਮਾ ਕਰਕੇ ਆਪਣੇ ਕੰਮਾ ਕਰਕੇ ਕੋਈ ਨੇੜੇ ਆ ਤੇ ਕੋਈ ਦੂਰ ਹੈ ਜਿਹਨੂੰ ਹੁਣ ਪਰਿਵਾਰਾਂ ਤੇ ਵੀ ਲਾ ਲਓ ਕਈ ਬੱਚੇ ਆਪਣੇ ਕੰਮਾ ਕਰਕੇ ਮਾਪੇ ਦੇ ਨੇੜੇ ਹੁੰਦੇ ਆ ਤੇ ਕਈ ਆਪਣੇ ਕੰਮਾ ਕਰਕੇ ਮਾਪੇ ਤੋਂ ਦੂਰ ਹੁੰਦੇ ਨੇ ਭਾਈ ਗੁਰਦਾਸ ਜੀ ਨੇ ਬਹੁਤ ਪਿਆਰੇ ਸ਼ਬਦ ਵਰਤੇ ਆ ਇਹਨੇ ਨਹਿਰ ਕੁਆਰ ਕਰਨਿਆ ਲਾਡਲੀ ਕੇ ਮਾਨੀਅਤ ਬਿਆਹ ਸਸੁਰਾਰ ਜੈ ਗੁੰਨਨ ਕੇ ਮਾਨੀਏ ਜਿਹੜੋ ਲੜਕੀ ਪੇਕੇ ਘਰ ਹੁੰਦੀ ਐ ਉਸੇ ਲਾਡਲੀ ਮੰਨੀ ਜਾਂਦੀ ਐ 7 ਵਜੇ ਸੁੱਤੀ ਉੱਠੇ 8 ਵਜੇ ਸੁੱਤੀ ਉੱਠੇ ਉਹਨੂੰ ਚਾਹ ਨਾ ਬਣਾਉਣੀ ਆਉਂਦੀ ਹੋਵੇ ਆਟਾ ਨਾ ਗੁੰਨਣਾ ਹੁੰਦੀ ਹੋਵੇ ਉਹਨੂੰ ਕੋਈ ਕੁਝ ਕੰਮ ਨਾ ਹੁੰਦਾ ਹੋਵੇ ਚ ਟੱਕਿਆ ਜਾਂਦਾ ਉਹ ਚੀਜ਼ ਨੂੰ ਲਾਡਲੀ ਜੋ ਜੇ ਪਾਲਿਆ ਜਾਂਦਾ ਵੀ ਕੋਈ ਗੱਲ ਨਹੀਂ ਨਹੀਂ ਪਤਾ ਕੋਈ ਗੱਲ ਨਹੀਂ ਪਰ پاسੇ ਬੈਠਾ ਤਾਇਆ ਚਾਚਾ ਜਾਂ ਘਰ ਚ ਦਾਦੀ ਬੈਠੀ ਇਹਨਾਂ ਸਮਝਾਉਂਦੀ ਐ ਪੁੱਤ ਇਦਾਂ ਨਾ ਕਰੋ ਇਹਨੂੰ ਵਿਗਾੜੋ ਨਾ ਕਿੰਨੇ ਦਿਨ ਘਰ ਰੱਖਣਾ ਤੁਸੀਂ ਇਹਨੂੰ ਅਕਸਰ ਸਹੁਰੇ ਤੋਰਨਾ ਉੱਥੇ ਨਹੀਂ ਇਹ ਕੰਮ ਸੂਤਰ ਹੋਣਾ ਉੱਥੇ ਇਹ ਗੁਣ ਚੱਲਣੇ ਨਾਲੇ ਦੇ ਸਮਾਨ ਜਨਾ ਮਰਜ਼ੀ ਦੇ ਦਿਓ ਉੱਥੇ ਗੁਣ ਕੁਆਲਿਟੀ ਵੇਖੀ ਜਾਣੀ ਆ ਇਹਨੂੰ ਘਰ ਦਾ ਕੰਮ ਆਉਂਦਾ ਐ ਬੋਲਣ ਦਾ ਤਰੀਕਾ ਸਲੀਕਾ ਆ ਪੇਕੇ ਘਰ ਲਾਡਲੀ ਨਹਿਰ ਨਹਿਰ ਕਹਿੰਦੇ ਪੇਕਾ ਘਰ ਭਾਈ ਸਾਹਿਬ ਕਹਿੰਦੇ ਨਹਿਰ ਕੁਵਾਰ ਕਰਨਿਆਂ ਲਾਡਲੀ ਕੇ ਮਾਨੀਅਤ ਵਿਆਹੇ ਸਸੁਰਾਰ ਜਾਏ ਜਦੋਂ ਵਿਆਹੀ ਸਹੁਰੇ ਜਾਊਗੀ ਨਾ ਗੁਣਨ ਕੇ ਮਾਨੀਏ ਉੱਥੇ ਲਾਡਲੀ ਉਥੇ ਗੁਣਾ ਗੁਣਾ ਕਰਕੇ ਉਹਦਾ ਸਤਕਾਰ ਹੋਣਾ ਸਮਾਨ ਭਾਵੇਂ ਘਟ ਵੀ ਖੜੇ ਸਮਾਨ ਭਾਵੇਂ ਨਾ ਵੀ ਖੜੇ ਗੁਣਾ ਨੇ ਉਹਦਾ ਵਸੀਵਾ ਕਰਉਣਾ ਉਤੇ ਗੁਨਨ ਕੇ ਮਾਨੀਏ ਹੁਣ ਇਸ ਗੱਲ ਨੂੰ ਸਮਝਿਓ ਦੋ ਕਿਸਮ ਦੀਆਂ ਲੜਕੀਆਂ ਹੁੰਦੀਆਂ ਇੱਕ ਲੜਕੀਆਂ ਪੇਕਿਉ ਇਹ ਸੋਚ ਕੇ ਜਾਂਦੀਆਂ ਵੀ ਮੇਰੇ ਪਤੀ ਦੀ ਕਮਾਈ ਬਹੁਤ ਖਾਲੀ ਮੇਰੇ ਸਾਸੋਰੇ ਨਹੀਂ ਹੁਣ ਜਦੋਂ ਮੈਂ ਜਾਂਦਿਆਂ ਸਾਰਾ ਕੁਝ ਆਪਣੇ ਹੱਥੀਂ ਕਰ ਲੈਣਾ ਇੱਕ ਇਸ ਬਿਰਤੀ ਦੀਆਂ ਲੜਕੀਆਂ ਵੀ ਹੁੰਦੀਆਂ ਨੇ ਉਹ ਜਾਂਦਿਆਂ ਸਭ ਕੁਝ ਆਪਣੇ ਅਧੀਨ ਕਰ ਲੈਂਦੀਆਂ ਤੇ ਮਾਂ ਬਾਪ ਇਹਦਾ ਰਿੰਦਾ ਫਿਰ ਡਬਲਯੂਵਾਈ ਜੀ ਰਿੰਦੀ ਉਹ ਫਿਰ ਅਰਦਾਸਾਂ ਕਰਕੇ ਜੇ ਫਲਾਣੇ ਥਾਂ ਤੋਂ ਅਰਦਾਸ ਕਰਕੇ ਲਿਆ ਸੀ ਨਹੀਂ ਬਣਦੀ ਗੱਲ ਫਿਰ ਤੋ ਕਈ ਵਰੀ ਐਸਾ ਹੁੰਦਾ ਕਿ ਉਹ ਸੋਚ ਕੇ ਜਾਂਦੀਆਂ ਨੇ ਤੇ ਬਾਪ ਵੀ ਫਿਰ ਅੱਗੇ ਉਹ ਫਿਰ ਕਹਿੰਦਾ ਵੀ ਠੀਕ ਹੈ ਜਦੋਂ ਤੁਸੀਂ ਆਪਣੀ ਆਈ ਤੇ ਆਏ ਜੇ ਮੈਂ ਭੁੱਖੇ ਥੋੜਾ ਮਰਨਾ ਵੀ ਸਭ ਕੁਝ ਤੁਹਾਨੂੰ ਦੇ ਕੇ ਮੈਂ ਦਰਦ ਦਤ ਰਿਆ ਫਰਾ ਉਹ ਕਹਿੰਦਾ ਜਿੰਨਾ ਕਿ ਤੇਰਾ ਬਣਦਾ ਉਹਨਾਂ ਲੈ ਲੈ ਕਾਕਾ ਸਾਰਾ ਨਹੀਂ ਮਿਲਣਾ ਸਾਰਾ ਨਹੀਂ ਮਿਲਣਾ ਹੁਣ ਆਪਣੀ ਜਾਇਦਾਦ ਲੈਣ ਲਈ ਉਹਨੂੰ ਵਕੀਲਾਂ ਦੇ ਕੋਲ ਅਦਾਲਤਾਂ 'ਚ ਧੱਕੇ ਖਾਣੇ ਪੈ ਰਹੇ ਨੇ ਕਿਉਂ ਕਿ ਸੋਚ ਪਿੱਛੋਂ ਸੋਚ ਕੇ ਕੁਝ ਪਤਨੀ ਉਹ ਜੀ ਆ ਗਈ ਕੁਝ ਪਤੀ ਆ ਗਿਓ ਉਹ ਜਿਹਾ ਸੀ ਗੱਲ ਵਿਗੜ ਗਈ ਹੁਣ ਇੱਕ ਲੜਕੀ ਉਹ ਹੈ ਜਿਹੜੀ ਪਿੱਛੋਂ ਇਹ ਸੋਚ ਕੇ ਆਈ ਹੈ ਇਕ ਕੋਈ ਨਿਗਾਹ ਜਿਆਦਾ ਤੇ ਹੈ ਹੀ ਨਹੀਂ ਉਹਦੇ ਆਪਣਾ ਮਾਂ ਬਾਪ ਪਿੱਛੋਂ ਛੱਡ ਕੇ ਹੀ ਉਹਨੂੰ ਅੱਗੇ ਫੇਰ ਮਾਂ ਬਾਪ ਮਿਲ ਗਿਆ ਇਹੋ ਜਿਹੀਆਂ ਵੀ ਤੀਆਂ ਹੈਗੀਆਂ ਨੇ ਉਹ ਜਦੋਂ ਆਪਣੇ ਸਹੁਰੇ ਪਰਿਵਾਰ ਚ ਗਈ ਉਹਨੇ ਐਨ 7-8 ਮਹੀਨੇ 2 ਸਾਲਾਂ ਚ ਇਹੋ ਜਿਹਾ ਵਿਹਾਰ ਕੀਤਾ ਇੱਕ ਦਿਨ ਸਹੁਰਾ ਬੈਠਾ ਆਪਣੀ ਪਤਨੀ ਨਾਲ ਗੱਲ ਕਰਦਾ ਕਹਿੰਦਾ ਭਾਗਾਂ ਵਾਲੀ ਇੱਕ ਚੀਜ਼ ਨੋਟ ਕੀਤੀ ਹੈ ਆਪਾਂ ਆਪਣੀ ਧੀ ਵਿਆਹੀ ਆ ਜਦੋਂ ਦੀ ਇਹ ਧੀ ਵਿਆਹ ਕੇ ਆਪਣੇ ਘਰ ਆਈ ਆ ਆਪਾਂ ਨੂੰ ਆਪਣੀ ਧੀ ਦਾ ਖਿਆਲ ਹੀ ਨਹੀਂ ਆਇਆ ਕਿਉਂਕਿ ਇਹਨੇ ਉਹਨਾਂ ਇੰਨਾ ਪਿਆਰ ਦਿੱਤਾ ਇਨਾ ਸਾਡੇ ਅੰਦਰ ਖੁਭਗੀ ਆ ਇਨਾ ਸਾਡੇ ਬੱਚਿਆਂ ਸਾਡੇ ਨਾਲ ਇਦਾਂ ਪਿਆਰ ਕਰਦੀ ਆ ਛੇ ਸਾਡੀ ਧੀ ਵੀ ਨਾ ਇਨਾ ਕਰਦੀ ਹੋਵੇ ਤੇ ਫਿਰ ਇੱਕ ਦਿਨ ਇਹ ਦੋਵੇਂ ਪਤੀ ਪਤਨੀ ਬੈਠੇ ਗੱਲਾਂ ਕਰਦੇ ਆ ਸੁਣਿਓ ਹਣ ਧਿਆਨ ਨਾਲ ਬੈਠੇ ਦੋਵੇਂ ਗੱਲਾਂ ਕਰਦੇ ਆ ਵੀ ਆਪਾਂ ਨੂੰ ਬਜ਼ੁਰਗ ਹੋ ਗਏ ਆ ਆਪਾਂ ਨੂੰ ਰੱਖੀਆਂ ਚੀਜ਼ਾਂ ਚੇਤਾ ਭੁੱਲ ਜਾਂਦੀਆਂ ਆ ਆਪਾਂ ਸਾਰਾ ਹਿਸਾਬ ਕਿਤਾਬ ਆਪਣੀ ਨਾਲੇ ਨੋ ਆ ਇਹਨੂੰ ਦੇ ਦਈਏ ਸਾਰਾ ਕੁਝ ਆ ਪਕੜ ਨਾਲ ਲੈ ਕੇ ਜਾਣਾ ਉਹਨਾਂ ਆਵਾਜ਼ ਮਾਰੀ ਦੁਆ ਜੀਆਂ ਨੇ ਪੁੱਤਰ ਇੱਧਰ ਆ ਬੇਟਾ ਆ ਸਾਡੀਆਂ ਬੈਂਕ ਦੀਆਂ ਕਾਪੀਆਂ ਆ ਸਾਡੇ ਪਹਿਲੇ ਦੇ ਪੇਪਰ ਆ ਸਾਡਾ ਹਸਾਬ ਕਿਤਾਬ ਸਾਰਾ ਤੂੰ ਸੰਭਾਈ ਤੂੰ ਜੋ ਲੈ ਕੇ ਜਾਣਾ ਆਊਗਾ ਅਸੀਂ ਤੇਰੇ ਕੋਲ ਲੈ ਕੇ ਜਾਇਆ ਕਰਾਂਗੇ ਨਾਲੇ ਅੱਜ ਤੋਂ ਬਾਅਦ ਤੂੰ ਘਰ ਦੀ ਮਾਲਕਣ ਹੱਸ ਕੇ ਆਂਦੀ ਕਹਿੰਦੀ ਜਦੋਂ ਮੇਰਾ ਮਾਂ-ਬਾਪ ਮਾਲਕ ਤੇ ਮੈਂ ਵੀ ਮਾਲਕਣੀ ਹੋਈ ਨਾ ਨਾਲੇ ਜਿਹੜਾ ਤੁਹਾਡੇ ਕੋਲੋਂ ਲੈ ਕੇ ਤੁਰਨ ਦਾ ਆਨੰਦ ਆਉਂਦਾ ਤੁਹਾਨੂੰ ਦੇਖ ਕੇ ਐਦਾਂ ਤੋਰਾਂਗੀ ਮੈਨੂੰ ਉਹ ਆਨੰਦ ਥੋੜਾ ਆਉਣਾ ਕਿਉਂਕਿ ਉਹ ਸਿੱਖਿਆ ਪਿਛੋਹੇ ਲੈ ਕੇ ਨਹੀਂ ਆਈ ਉਹਨੂੰ ਪਿਛੇ ਉਹਦੇ ਕੰਨ ਚ ਉਹਦੀ ਮਾਂ ਨੇ ਉਹਦੇ ਪਿਤਾ ਨੇ ਇਹ ਫੂਕ ਨਹੀਂ ਸੀ ਮਾਰੀ ਵੀ ਜਾਂਦਿਆਂ ਸਭ ਕੁਝ ਇਦਾਂ ਕਰ ਲੈ ਹੈਗੀਆਂ ਤੀਆਂ ਸਾਰਾ ਕੁਝ ਸੰਸਾਰ ਤੇ ਇੱਕੋ ਜਿਹਾ ਥੋੜਾ ਉਹਦੇ ਕੰਨ ਚ ਇਦਾਂ ਦੀ ਜਿਹਨੂੰ ਗੱਲ ਪਾਈ ਤੇ ਹੁਣ ਵੇਖੋ ਇੱਕ ਪਿਛੋਂ ਸੋਚ ਕੇ ਆਈ ਵੀ ਸਭ ਕੁਝ ਜਾਂਦਿਆਂ ਹਦੀਨ ਕਰ ਲੈਣਾ ਤੇ ਇੱਕ ਸੋਚ ਕੇ ਨਹੀਂ ਆਈ ਉਹਨੂੰ ਉਹਨੂੰ ਦੇ ਰਿਹਾ ਸਾਸੋਰਾ ਸਾਰਾ ਕੁਝ ਫੜਾ ਰਿਹਾ ਇਦਾਂ ਵੀ ਆ ਚੱਕ ਪੇਪਰ ਆ ਚੱਕ ਬੈਂਕ ਦੀਆਂ ਕਾਪੀਆਂ ਆ ਸਭ ਕੁਝ ਹਿਸਾਬ ਕਿਤਾਬ ਲੈ ਉਹ ਅਗਿਓ ਖੇਦੇ ਨਾ ਨਾ ਪਿਤਾ ਜੀ ਮੈਂ ਤੇ ਮਾਲਕ ਆਪ ਹੀ ਆ ਜਦੋਂ ਮੇਰਾ ਪਿਓ ਮਾਲਕ ਮੇਰੀ ਮਾਂ ਮਾਲਕ ਤੇ ਮੈਂ ਮੈਂ ਮਾਲਕ ਨਾ ਹੋਈ ਕਰਦੀ ਇਹ ਕੰਮ ਮੈਨੇ ਕਰਨਾ ਮਨ ਫਰਕ ਵੇਖੇ ਦੂ ਅਜ ਹੁਣ ਇੱਕ ਨੇੜੇ ਹੋ ਗਿਆ ਮਾਂ ਬਾਬ ਦੇ ਇੱਕ ਨੋ ਨੇੜੇ ਹੋ ਗਈ ਇੱਕ ਪੁੱਤ ਨੇੜੇ ਹੋ ਗਿਆ ਇੱਕ ਨੋ ਪੁੱਤ ਮਾਂ ਬਾਬ ਤੋਂ ਦੂਰ ਹੋ ਗਿਆ ਇਹ ਚ ਕਸੂਰ ਕੇ ਦਾ ਦੱਦ ਦੇ ਦੋਸ਼ ਨਾ ਦੇਉ ਦੋਸ਼ ਕਰਮ ਆਪਣੇ ਆ ਜੋ ਮੈਂ ਕੀਆ ਸੋ ਮੈਂ ਪੈ ਦੋਸ਼ ਨਾ ਦੀਜੇ ਅਵਰਜਨ ਹੁਣ ਇਹਦਾ ਅਰਥ ਵੀ ਨਹੀਂ ਹੈਗਾ ਮੈਂ ਕਹਾਂ ਵੀ ਹਰ ਜਗ੍ਹਾ ਨੋ ਪੁੱਤਰੇ ਕਿ ਸੁਰੇ ਇੱਕ ਮੈਂ ਸਿਰਫ ਉਦਾਹਰਨ ਦਿੱਤੀ ਹੈ ਕਈਆਂ ਜਗ੍ਹਾ ਤੇ ਸੱਤ ਸੁਰੇ ਚ ਵੀ ਕਸੂਰ ਹੁੰਦਾ ਹੈ ਤੋ ਇਹ ਤੇ ਇੱਕ ਦੁਨਿਆਵੀ ਉਦਾਹਰਨ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਇਹ ਹੁਣ ਸਾਡੇ ਕਰਮਾਂ ਤੇ ਡਿਪੈਂਡ ਕਰਦਾ ਕੋਈ ਆਪਣੇ ਕਰਮਾਂ ਕਰਕੇ ਆਪਣੀਆਂ ਆਦਤਾਂ ਕਰਕੇ ਸੱਚ ਤੋਂ ਦੂਰੀ ਬਣਾ ਕੇ ਬੈਠਾ ਉਹ ਤੱਕੇ ਖਾ ਰਿਹਾ ਹੈ ਵਕਾਰਾਂ ਜ਼ਿੰਦਗੀ ਭੋਗ ਰਿਹਾ ਹੈ ਉਹ ਕਸੂਰ ਦੂਜੇ ਦਾ ਫੋੜਾ ਕੱਢ ਸਕਦਾ ਕਰਮੀ ਆਪੋ ਆਪਣੀ ਆਪਣੇ ਕਰਮਾਂ ਕਰਕੇ ਕਿ ਨੇੜਾ ਕੋਈ ਨੇੜੇ ਹੈ ਕਿ ਦੂਰ ਕੋਈ ਦੂਰ ਬੈਠਾ ਦੂਰੀ ਬਣਾ ਕੇ ਬੈਠਾ ਉਕੇ ਉਹਦੇ ਆਤਾਂ ਨੇ ਹੁਣ ਇਹ ਸਾਰਾ ਜਿਹੜਾ ਸ਼ਲੋਕ ਆਪਾਂ ਵਿਚਾਰਿਆ ਅਖੀਰ ਤੇ ਗੁਰਦੇਵ ਜੀ ਨੇ ਕਿਹਾ ਜਿੰਨੀ ਨਾਮ ਧਿਆਇਆ ਕਿਹੜਾ ਨਾਮ ਕਿਵੇਂ ਸਚਿਆਰਾ ਹੋਈ ਹੈ ਹੁਣ ਪਿਛੇ ਲੈ ਜੋ ਸੁਰਤ ਕਿਵੇਂ ਸਚਿਆਰਾ ਹੋਈ ਹੈ ਜਬ ਜੀ ਸਾਹਿਬ ਦੀ ਪਹਿਲੀ ਪੌੜੀ ਕਿਵੇਂ ਕੂੜੇ ਟੁੱਟੇ ਪਾਲ ਕਿਵੇਂ ਉਸ ਸੱਚ ਦੇ ਨਾਲ ਮਾਲਕ ਨਾਲ ਜਿਹੜੀ ਸਾਡੀ ਦੀਵਾਰ ਖੜੀ ਹੋਈ ਕਿਵੇਂ ਟੁੱਟੇ ਕਿਵੇਂ ਸਚਿਆਰਾ ਹੋਈ ਹੈ ਕਿਵੇਂ ਕੂੜੇ ਟੁੱਟੇ ਪਾਲ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ ਜਿਦੋਂ ਪੰਜਵੀਂ ਪੌੜੀ ਚਾਹੀਓ ਉਥੇ ਕਹਿੰਦੇ ਨੇ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਆ ਸਭ ਆਪੇ ਸਚਿਆਰ ਉਹ ਹਰ ਥਾਂ ਤੇ ਸਚਿਆਰਾ ਮਹਿਸੂਸ ਹੋਣ ਲੱਗ ਪਿਆ ਜਿਦੋਂ ਮ ਉਹਦੀ ਬਖਸ਼ਿਸ਼ ਦਾ ਪਾਤਰ ਬਣਿਆ ਜਿਦੋਂ ਅੱਗੇ ਜਾ ਕੇ 8 ਨੰਬਰ ਪੌੜੀ ਚੋਂਦੇ ਨੇ ਸੁਣੇ ਸਿੱਧ ਪੀਰ ਸੁਰਨਾਥ ਸੁਣਨ ਕਰਕੇ ਸਿੱਧਾ ਪੀਰਾਂ ਬਾਰੇ ਪਤਾ ਲੱਗ ਗਿਆ ਵੀ ਸਮਝਣ ਕਰਕੇ ਸੁਣਿਆ ਧਰਤ ਤਵਲਾ ਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਪਿਛੇ ਲੜੀ ਪਰ ਹੋਈ ਜਾਓ ਇਦਾਂ ਜਦੋਂ ਗੁਰਦੇਵ ਪਤਾ ਮਹਾਰਾਜ ਫਿਰ ਅੱਗੇ 12 ਨੰਬਰ ਪੌੜੀ ਤੇ ਆਉਂਦੇ ਆ ਉਸੇ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾ ਜਿਹਨੇ ਇਸ ਗੱਲ ਨੂੰ ਸੁਣ ਕੇ ਸਮਝ ਕੇ ਮੰਨ ਲਿਆ ਉਹਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਲਿਬਜਾਂ ਤੋਂ ਬਾਹਰੀ ਹੈ ਮੰਨੇ ਕੀ ਗੱਤ ਕਹੀ ਨਾ ਜਾ ਜੇ ਕੋ ਕਹੇ ਪਿਛੇ ਪਛਤਾਇ ਕਾਗਦ ਕਲਮਣ ਲਿਖਣਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਐਸਾ ਨਾਮ ਨਰਿੰਦਰ ਜੇ ਕੋ ਮਨ ਐਸਾ ਨਾਮ ਜਿਨੀ ਨਾਮ ਤੇ ਆ ਗਿਆ ਮਸ਼ਕਤ ਕਾਲ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਫਿਰ ਕਹਤਾ ਮਨੈ ਤੁਰਤ ਹੋਵੇ ਮਨ ਬੁੱਧ ਮਨੈ ਸਗਲ ਪਉਣ ਕੀ ਸੁਧ ਮਨੈ ਮੂੰਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨ ਜਾਏ ਫਿਰ ਜਦੋਂ ਜਾ ਕੇ 16 ਨੰਬਰ ਪੌੜੀ ਤੇ ਆਉਂਦੇ ਆ ਫਿਰ ਉੱਥੇ ਕੀ ਕਹਿੰਦੇ ਆ ਇਹਦੇ ਪੰਜ ਪ੍ਰਵਾਨ ਉਹ ਪੰਜ ਕਿਹੜਾ ਜਿਹੜਾ ਸੁਣ ਕੇ ਸਮਝ ਕੇ ਮੰਨ ਲਿਆ ਜਿੰਨੀ ਜ਼ਿੰਦਗੀ ਧਾਰਨ ਕਰ ਪੰਜ ਪ੍ਰਵਾਨ ਪੰਚਾਂ ਕਾ ਗੁਰੇ ਇੱਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ شمار ਧੌਲ ਧਰਮ ਦਇਆ ਕਾ ਪੂ ਸੰਤੋਖ ਥਾਪ ਰੱਖਿਆ ਜਨ ਜੇ ਕੋ ਬੁਝੇ ਜਿਹੜਾ ਇਸ ਗੱਲ ਨੂੰ ਬੁਝ ਲਵੇ ਹੋਵੇ ਸਚਿਆਰ ਕਿੰਨ ਸਚਿਆਰ ਹੋਈ ਹੈ ਗੱਲ ਸਚਿਆਰ ਦੀ ਚਲਦੀ ਆ ਰਹੀ ਹੈ ਨਾ ਜੇ ਕੋ ਬੁਝੇ ਹੋਵੇ ਸਚਿਆਰ ਕੀ ਤਵਲੇ ਉਪਰ ਕੇ ਤਾ ਪਾ ਹੁਣ ਸਮਝ ਆ ਗਈ ਵੀ ਧਰਤੀ ਨੂੰ ਬੈਲ ਥੋੜਾ ਚੱਕਿਆ ਆਹਰ ਦੇ ਦੀ ਧਰਤੀ ਨੂੰ ਬੈਲ ਨ ਚੱਕਿਆ ਧੌਲ ਧਰਮ ਦਇਆ ਕਾ ਦਇਆ ਕਪੂਤ ਸੰਤੋਖਤਾ ਪਰਖਿਆ ਜਨਸੂਤ ਸੰਤੋਖ ਸੂਤਰ ਵ ਸੰਤੋਖ ਧਾਗਾ ਵ ਜੇ ਸੰਤੋਖ ਆ ਤੇ ਦਇਆ ਤੇ ਧਰਮ ਜੇ ਹੁਣ ਤੁਸੀਂ ਵੇਖੋ ਆਪਾਂ ਪਹਿਲਾਂ ਪਹਿਲਾਂ ਪੜਿਆ ਮਾਤਾ ਮਾਤਾ ਪਿਤਾ ਸੰਤੋਖ ਸੰਤੋਖ ਧਾਗਾ ਵ ਧਾਗੇ ਵਿੱਚ ਹੀ ਸਾਰੇ ਮਣਕੇ ਪਰੋਏ ਹੁੰਦੇ ਆ ਜੇ ਸੰਤੋਖ ਹੈਗਾ ਨਾ ਸਾਰਾ ਟੱਬਰ ਪਰੋਇਆ ਹੁੰਦਾ ਤੁਸੀਂ ਨੋਟ ਕਰਿਓ ਜੇ ਵੱਡੇ ਭਰਾ ਛੋਟੇ ਭਰਾ ਨਿੱਕੇ ਭਰਾ ਚ ਤਾਏ ਚਾਚੇ ਚ ਜਿੰਨਾ ਕਈ ਵੇਖੋ ਕਈ ਪਰਿਵਾਰ ਇਦਾਂ ਦੇ ਤਾਇਆ ਚਾਚਿਆਂ ਤੱਕ ਗਾੜੀ ਪੁੱਤਰੇ ਦੋਤਿਆਂ ਤੱਕ ਵੀ ਇਕੱਠੇ ਹੁੰਦੇ ਆ ਕਿਉਂਕਿ ਸੰਤੋਖ ਹੈ ਸੰਤੋਖ ਨੇ ਸਾਰੇ ਪਰਿਵਾਰ ਨੂੰ ਸੂਤਰ ਚ ਪਰੋਇਆ ਸੰਤੋਖ ਦਾ ਧਾਗਾ ਕੱਢ ਦੋ ਖਿਲਰ ਜਾਣੇ ਆ ਸੰਤੋਖ ਦਾ ਧਾਗਾ ਵਿੱਚੋਂ ਖਿੜੋ ਧਾਗਾ ਖੇਜੋ ਮਣਕੇ ਖਿਲਰ ਜਾਣੇ ਆ ਸੰਤੋਖ ਧਾਗਾ ਵਾ ਤੁਸੀਂ ਇੱਕ ਧਾਗੇ ਉਦਾਂ ਤੇ 100 ਮਣਕਾ ਇਦਾਂ ਹੱਥ ਚ ਫੜਨਾ ਵੇ ਬਦੋ ਬਦੀ ਡਿਗ ਪੈਣੇ ਤੁਹਾਡੇ ਇਥੋਂ ਵੀ 100 ਮਣਕਾ ਇਦਾਂ ਬੁੱਕ ਚ ਭਰੋ ਬਦੋ ਬਦੀ ਤੁਹਾਡੇ ਹੱਥ ਚੋਂ ਨਿਕਲ ਜਾਣਾ ਪਰ ਜੇ ਧਾਗੇ ਚ ਪਰੋਏ ਹੋਣ ਨਾ ਇਦਾਂ ਤੁਸੀਂ ਇਦਾਂ ਇਦਾਂ ਤੁਸੀਂ ਹੱਥ ਚ ਢਾਗਾ ਤੁਰੇ ਫਿਰ ਸਕਦੇ ਫਰਕ ਵੇਖੋ ਮੁੰਨ ਮਾਲਾ ਹੈ ਨਾ ਤੁਸੀਂ ਓਦਾਂ ਜਾਂ ਮਣਕਿਆਂ ਦਾ ਇਹਦਾ ਮਣਕਿਆਂ ਦਾ ਕੁੱਲਾ ਭਰੇ ਆ ਇਦਾਂ ਇਹਦਾ ਬੁੱਕ ਚ ਪਾ ਸਕਦੇ ਬਹੁਤ ਬਦੀ ਤੁਹਾਡੇ ਹੱਥੋਂ ਵਗ ਜਾਣੇ ਪਰ ਜੇ ਤੁਸੀਂ ਧਾਗੇ ਚ ਪਰੋਦੋਗੇ ਭਾਵੇਂ 500 ਮਣਕਾ ਪਰੋਦੋ ਕੱਲਾ ਬੰਦਾ ਇਦਾਂ ਇਹਦਾ ਹਰ ਛੜਾ ਕੇ ਤੁਰੇ ਫਿਰੂਗਾ ਬਸ ਆ ਫਰਕ ਹੈ ਮਣਕੇ ਜੀਵਾ ਸੰਤੋਖ ਧਾਗਾ ਵਾ ਧਾਗੇ ਨੇ ਸਾਰੇ ਜੀਵਾਂ ਨੂੰ ਪਰੋਕੇ ਰੱਖਣਾ ਅੱਜ ਧਾਗਾ ਨਿਕਲ ਗਿਆ ਸਾਡੇ ਵਿੱਚੋਂ ਸੰਤੋਖ ਦਾ ਧਾਗਾ ਗਵਾਚ ਗਿਆ ਹੈ ਪਖੂ ਪਖੂ ਕਰ ਰਿਹਾ ਬੰਦਾ ਵੱਡ ਖਾਣ ਨੂੰ ਪੈ ਰਿਹਾ ਜ਼ਿੰਦਗੀ ਜਿਉਣ ਦਾ ਤਰੀਕਾ ਗਵਾ ਚੁੱਕਾ ਹੈ ਪਰ ਸਾਇ ਤੇ ਬਖਸ਼ਿਸ਼ ਕਰਦੇ ਜੇ ਕੋ 부ਝੇ ਹੋਵੇ ਸੱਚਾਰਤਾ ਵਾਲੇ ਉੱਪਰ ਕੀਤਾ ਪਾਰ ਫਿਰ ਅੱਗੇ ਜਾ ਕੇ ਇਹ ਗਿੰਤੀਆਂ ਮਿੰਤੀਆਂ ਕਰਨ ਵਾਲੇ ਉਹਨਾਂ ਦੀ ਵੀ ਗੱਲ ਕਰ ਦਿੱਤੀ ਫਿਰ ਫਿਰ ਅੱਗੇ ਗੁਰਦੇਵ ਜੀ ਨੇ ਇਹ ਵੀ ਕਹਿਤਾ ਕਿ ਸਰੀਰ ਨੂੰ ਧੋਣ ਲਈ ਜਿੰਨਾ ਪਾਣੀ ਜ਼ਰੂਰੀ ਹੈ ਇਸ ਮਤ ਨੂੰ ਸਾਫ਼ ਕਰ ਲਈ ਇੰਨਾ ਹੀ ਗੁਰੂ ਦਾ ਗਿਆਨ ਜ਼ਰੂਰੀ ਹੈ ਪਰ ਇਹ ਹੱਥ ਪੈਰ ਤਨ ਦੇ ਪਾਣੀ ਤੋਂ ਤੇ ਉਤਰਸ ਕੇ ਮੂੰਹ ਤੋਂ ਬਲੀਤੀ ਕਪੜੋ ਜੇ ਸਾਬੂਨ ਲਈ ਆਓ ਤੋਏ ਉਹ ਤੋਂ ਪੈ ਕਿਹੜੇ ਪਿਆਰੇ ਸ਼ਬਦ ਵਰਤੇ ਦੇ ਸਾਬੂਨ ਲਈ ਆਓ ਤੋਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਂ ਪਹਿਨਾਵੇਂ ਕੇ ਰੰਗ ਇਦਾਂ ਜਦੋਂ ਮਤ ਪਾਪਾਂ ਨਾ ਪਰਗੀ ਮਾੜੀ ਸੋਚ ਨਾ ਪਰਗੀ ਇਹ ਨਾਮ ਨਾਲ ਧੁੱਪਣੀ ਹੈ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾ ਤੇ ਨਾਮ ਕਿਦਾਂ ਤੇ ਹੋਣਾ ਹੈ ਧਰਮ ਖੰਡ ਵਿੱਚ ਆਪਾਂ ਗਿਆਨ ਖੰਡ ਵਿੱਚ ਸ਼ਰਮ ਖੰਡ ਵਿੱਚ ਕਰਮ ਖੰਡ ਤੇ ਸੱਚ ਖੰਡ ਵਿੱਚ ਆਪਾਂ ਪੜਾ ਆਇਆ ਪਿਛੇ ਇਹ ਪੰਜੇ ਖੰਡ ਜਿਹਦੇ ਵਿੱਚ ਅਸੀਂ ਪੜਾਦਾਰ ਪੜਾ ਅੱਗੇ ਤੁਰਦੇ ਜਾਣਾ ਪਰ ਸ਼ਕਿੰਦੇ ਜਿਨੀ ਨਾਮ ਤੇ ਆਇਆ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ ਜਿਨ੍ਹਾਂ ਨੇ ਰੱਬੀ ਗੁਣ ਜ਼ਿੰਦਗੀ ਚ ਪ੍ਰਗਟ ਕਰਕੇ ਉਹਨਾਂ ਨੂੰ ਉਨਾ ਮੁਤਾਬਕ ਜ਼ਿੰਦਗੀ ਬਤੀਤ ਕੀਤੀ ਹੈ ਗੈਰ ਮੁਸ਼ਕਤ ਕਾਲ ਆਮ ਸ਼ਕਤ ਕੀਤੀ ਹੈ ਕੜੀਏ ਸੁਰਤ ਮਤਮਨ ਬੁੱਧ ਤਥੇ ਕੜੀਏ ਸੁਰਾਂਸ ਦਾ ਕੀ ਸੁਧ ਆਮ ਸ਼ਕਤ ਕੀਤੀ ਹੈ ਆਮ ਸ਼ਕਤ ਕੀਤੀ ਹੈ ਕਿਹੜੀ ਭੌਖਲਾ ਅਗਨ ਤਪਤਾਓ ਪਰਮੇਸ਼ਰ ਦਾ ਨਿਰਮਲ ਪੌਤ ਧੌਂਕਣੀ ਹੈ ਤੇ ਮਿਹਨਤ ਆਗ ਹੈ ਮਿਹਨਤ ਦੀ ਆਗ ਨੂੰ ਠੰਡੀਆਂ ਨਹੀਂ ਪੈਂਦੀ ਜਦੋਂ ਮੜੀ ਜੀ ਆਗ ਠੰਡੀ ਪੈਣ ਲੱਗਦੀ ਤਾਂ ਬੰਦਾ ਫੂਕ ਮਾਰ ਕੇ ਫੇਰ ਨਹੀਂ ਸੀ ਆਗ ਬਾਲ ਦਿੰਦਾ ਮੁਸ਼ਕਤ ਦੀ ਆਗ ਠੰਡੀ ਨਹੀਂ ਪੈਂਦੀ ਤਾਂ ਕਿ ਅਸੀਂ ਜਤ ਪਹਾੜਾਂ ਧੀਜ ਸੁਨਿਆਰ ਐਹਰਣ ਮਤ ਵੇਧ ਹਥਿਆਰ ਪੌਖ ਲਾਗਨ ਤਪ ਤਾਓ ਭਾਂਡਾ ਪਾਓ ਅੰਮ੍ਰਿਤ ਟਟਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨ ਕਰ ਨਾਨਕ ਨਦਰੀ ਨਦਰ ਨਿਹਾਲ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਇਹ ਨਾਨਕ ਉਹਨਾਂ ਦੇ ਮੁਖ ਉਜਲੇ ਹੁੰਦੇ ਨੇ ਅੰਦਰੋਂ ਵੀ ਉਜਲੇ ਬਾਹਰੋਂ ਵੀ ਉਜਲੇ ਕੀਤੀ ਛਟੀ ਨਾਲ ਉਹ ਆਪਣੇ ਇਹਨਾਂ ਗਿਆਨ ਇੰਦਰੀਆਂ ਨੂੰ ਬਰਾਈ ਤੋਂ ਬਚਾ ਕੇ ਰੱਖਦੇ ਨੇ ਆਪ ਤੇ ਬੈਜ ਦੇ ਬੈਜ ਦੇ ਉਹ ਆਪਣੇ ਅੰਦਰ ਨੂੰ ਸਾਫ ਕਰਦੇ ਨੇ ਉਹ ਵੇ ਇਦਾਂ ਕਹਿੰਦੇ ਦੀਨ ਦੇ ਆਲ ਭਰੋਸੇ ਤੇ ਰਹਿ ਸਭ ਪਰਿਵਾਰ ਚੜਾਇਆ ਵੇੜੇ ਵੀ ਆਪਣੇ ਮੈਂ ਸਾਰੇ ਇਸ ਮੰਨ ਦੇ ਪਰਿਵਾਰ ਨੂੰ ਤੇਰੇ ਵੇੜੇ ਛਾੜ ਦਿੱਤਾ ਉਹ ਵੇ ਇਦਾਂ ਕਹਿੰਦੇ ਆ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਭੰਨਾ ਆਨੰਦ ਕਰੈ ਨਰ ਨਾਰੀ ਔਰ ਹਰ ਪ੍ਰਭ ਕਿਰਪਾ ਤਾਰੀ ਸੰਤੋਖ ਉਹ ਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨਹੀਂ ਕਿੰਨੇ ਪਿਆਰੇ ਸ਼ਬਦ ਵਰਤੇ ਏ ਗਾਇ ਮਸ਼ਕਤ ਕਾਲ ਇਹ ਸਲੋਕ ਜਿਹੜਾ ਆਪਾਂ ਪਾਠ ਦੇ ਵਿਚਾਰ ਸਾਂਝੇ ਕੀਤੇ ਨੇ ਸਾਧ ਸੰਗਤ ਜੀ ਜਪ ਬਾਣੀ ਦੇ ਅਖੀਰ ਵਿੱਚ ਇਹ ਸਲੋਕ ਆਉਂਦਾ ਹੈ ਪਵਨ ਗੁਰੂ ਪਾਣੀ ਪਤਾ ਫਿਰ ਇੱਕ ਵਾਰੀ ਸੰਖੇਪ ਸ਼ਬਦਾਂ ਸਮਝ ਲਓ ਹਵਾ ਸਾਡਾ ਗੁਰੂ ਨਹੀਂ ਹੈ ਹਵਾ ਚਾਹੀਦੀ ਹਵਾ ਵੀ ਸਾਫ਼ ਸੁਥਰੀ ਰੱਖੋ ਇਹਦੇ ਨਾਲੇ ਵੀ ਧਿਆਨ ਰੱਖਿਏ ਰੁੱਖ ਲਾਓ ਇਹ ਵੀ ਧਿਆਨ ਰੱਖੋ ਨਾਲ ਪਰ ਇਹਦਾ ਅਰਥ ਇਹ ਨਹੀਂ ਵੀ ਹਵਾ ਸਾਡਾ ਗੁਰੂ ਹੈ ਏਦਾਂ ਕਈ ਪੇਸ਼ ਕਰਦੇ ਗੁਰੂ ਸਾਹਿਬ ਕਹਿੰਦੇ ਨੇ ਹਵਾ ਸਾਡੀ ਗੁਰੂ ਹੈ ਨਹੀਂ 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 ਹਵਾ ਗੁਰੂ ਨਹੀਂ ਹੈ ਹਵਾ ਸਰੀਰ ਨੂੰ ਜਿਉਂਦੇ ਰਹਿਣ ਲਈ ਬਹੁਤ ਵਧੀਆ ਹੈ ਹਵਾ ਤੋਂ ਬਿਨਾਂ ਤੇ ਨਹੀਂ ਸਦੇ ਹਵਾ ਮਾੜੀ ਹੋਏਗੀ ਤੇ ਪ੍ਰੋਬਲਮ ਆ ਜਾਏਗੀ ਅੱਜ ਤੁਸੀਂ ਵੇਖੋ ਆ ਕਰੋਨਾ ਵਾਇਰਸ ਕਰਕੇ ਲੋਕ ਆਪਣੇ ਘਰਾਂ 'ਚ ਬੰਦ ਸੀ ਕਿੰਨਾ ਵਾਤਾਵਰਨ ਸਾਫ਼ ਹੋਇਆ ਆਪਾਂ ਇਤੋਂ ਸਿੱਖ ਲਈ ਆਪਾਂ ਭਾਵੇਂ ਉਹ ਮਜਬੂਰੀ ਵਾਸੀ ਆਪੋ ਆਪਣੇ ਘਰਾਂ ਵਿੱਚ ਬੰਦ ਰਹਿਣਾ ਪਿਆ ਗੱਡੀਆਂ ਨਹੀਂ ਚੱਲੀਆਂ ਫੈਕਟਰੀਆਂ ਬੰਦ ਰਹੀਆਂ ਧੂਆਂ ਨਹੀਂ ਹੋਇਆ ਪੋਲਿਊਸ਼ਨ ਰਹਿਤ ਹੋਇਆ ਕਿੰਨਾ ਵੇਖੋ ਆਕਾਸ਼ ਕਿੰਨਾ ਸਾਫ਼ ਹੈ ਹਵਾ ਸਾਫ਼ ਹੋਏਗੀ ਤੇ ਬੰਦੇਾਂ ਤੇਨੂੰ ਸਾਹ ਲੈਣ 'ਚ ਪ੍ਰੋਬਲਮ ਨਹੀਂ ਆਏਗੀ ਪਰ ਇਹ ਨਾ ਕਹਤੋ ਤੇਰੀ ਇਹ ਗੁਰੂ ਹੈ ਉਹ ਜਿਹੜੇ ਲੋਕ ਇਹਨੂੰ ਪਵਨ ਦੇਵਤਾ ਮੰਨਦੇ ਸੀ ਮੰਨੀ ਜਾਣ ਪਰ ਜਿਨ੍ਹਾਂ ਨੇ ਕੰਮ ਲੈਣਾ ਸੀ ਉਹਨਾਂ ਤੇ ਟਾਇਰਾਂ 'ਚ ਭਰ ਕੇ ਨਾ ਉੱਤੇ 50 ਟਨ ਮਾਲ ਲੱਦ ਕੇ ਦੇ ਕੋਲੋਂ ਕੰਮ ਲਿਆ। ਮੰਨਣ ਵਾਲੇ ਤੇ ਬੜਿਆਂ ਨੂੰ ਦੇਵੀ-ਦੇਵਤੇ ਮੰਨੇ ਜਾਂਦੇ ਸੋ ਖੈਰ ਮੈਂ ਇਹ ਇਸ ਵਿਸ਼ੇ ਬੰਨੇ ਨਾ ਉਤਰਾ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਪਵਨ ਗੁਰੂ ਜਿਵੇਂ ਸਰੀਰ ਨੂੰ ਜਿਉਂਦੇ ਰਹਿਣ ਲਈ ਹਵਾ ਜ਼ਰੂਰੀ ਹੈ ਮਨ ਨੂੰ ਜਿਉਂਦੇ ਰਹਿਣ ਲਈ ਇੰਨੇ ਗੁਰੂ ਜ਼ਰੂਰੀ ਹੈ। ਜਿਦਾਂ ਸਰੀਰ ਨੂੰ ਜਿਉਂਦੇ ਰਹਿਣ ਲਈ ਪਾਣੀ ਜ਼ਰੂਰੀ ਹੈ ਇਦਾਂ ਸੰਤੋਖ ਜ਼ਰੂਰੀ ਹੈ ਮਨ ਨੂੰ ਜਿਉਂਦੇ ਰੱਖਣ ਲਈ। ਇਦਾਂ ਧਰਤੀ ਸਾਡੇ ਜੀਵਨ ਵਾਸਤੇ ਸਾਨੂੰ ਰਹਿਣ ਵਾਸਤੇ ਦੇ ਰਹੀ ਹੈ ਸਾਡੀ ਮਾਂ ਦਾ ਕੰਮ ਕਰਦੀ ਹੈ ਸਾਨੂੰ ਸਭ ਕੁਝ ਇਥੋਂ ਮਿਲਦਾ ਹੈ ਇਦਾਂ ਹੀ ਗੁਰੂ ਵੱਲੋਂ ਬਖਸ਼ਿਸ਼ ਕੀਤੀ ਮਤ ਜਿਹੜੀ ਹੈ ਉਹ ਸਾਡੀ ਮਾਂ ਦਾ ਕੰਮ ਕਰਦੀ ਹੈ ਜਿਹ ਚ ਸੇਵਕ ਨੇ ਪੜਨਾ ਹੈ ਤੋ ਆਓ ਇਹ ਸਾਰੇ ਸ਼ਲੋਕ ਵਿੱਚ ਗੁਰਦੇਵ ਜੀ ਨੇ ਵਾਕਿਆ ਕੁਝ ਉਹ ਨੇ ਜਿਹੜੇ ਇਹਨਾਂ ਦੀ ਨਿਗਰਾਨੀ ਵਿੱਚ ਗੁਰੂ ਪਿਤਾ ਮਾਤਾ ਇਹਨਾਂ ਦੀ ਨਿਗਰਾਨੀ ਚ ਖੇਡਾਂ ਖੇਡ ਰਹੇ ਨੇ ਕੁਝ ਇਹਨਾਂ ਨਾਲੋਂ ਦੂਰੀ ਬਣਾ ਕੇ ਖੇਡਾਂ ਖੇਡ ਰਹੇ ਨੇ ਤੇ ਕੋਈ ਇਹਨਾਂ ਦੀ ਨਿਗਰਾਨੀ ਚ ਖੇਡਾਂ ਖੜਨ ਕਰਕੇ ਚੰਗਿਆਈਆਂ ਵਾ ਤੇ ਨੇੜੇ ਆ ਤੇ ਕੁਝ ਇਹਨਾਂ ਤੋਂ ਦੂਰੀ ਬਣਾ ਕੇ ਬੁਰਾਈਆਂ ਵਾ ਤੇ ਦੂਰ ਵਾ ਇਸ ਪਰ ਕਿਸੇ ਦਾ ਤੇ ਕਸੂਰ ਕੋਈ ਨਹੀਂ ਨਾ ਤੇ ਤੇ ਦੱਦੇ ਦੋਸ਼ ਨ ਦੇਉ ਦੋਸ਼ ਕਰਮ ਆ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਨ ਦੀਜੈ ਅਵਰਚਨਾ ਤੋਂ ਸਾਸਣ ਜੀ ਧੰਨਵਾਦ ਤੁਸੀਂ ਮੂਲ ਮੰਤਰ ਤੋਂ ਲੈ ਕੇ ਮੰਗਲਾ ਚਰਨ ਤੋਂ ਲੈ ਕੇ ਸ਼ਲੋਕ ਤੱਕ ਰੋਜ਼ਾਨਾ ਸ਼ਰਵਨ ਕਰਦੇ ਰਹੇ ਬੜਾ ਹੌਸਲਾ ਵੀ ਵਧਾਇਆ अपराल ਮਿਲ ਕੇ ਸੇਵਾ ਕੀਤੀ ਹੈ ਇਹ ਸ਼ਲੋਕ ਦੀ ਅਖੀਰ ਤੇ ਆਪਾਂ ਵਿਚਾਰਾਂ ਦੀ ਸਾਂਝ ਪਾਈ ਹੈ ਜਪ ਬਾਣੀ ਦੀ ਆਪਾਂ ਇਦਾਂ ਕੱਲੀ ਕੱਲੀ ਪੌੜੀ ਦਾ ਜਿੰਨੀ ਕੁ ਮਤਮਾਲਕ ਨੇ ਬਖਸ਼ਿਸ਼ ਕੀਤੀ ਸੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕੀਤੀ ਹੈ ਇਹ ਅੰਤਮ ਫੈਸਲਾ ਨਹੀਂ ਜੋ ਅਸੀਂ ਕਹਿ ਦਿੱਤਾ ਹੈ ਅੰਤਮ ਫੈਸਲਾ ਹੈ ਇਹੋ ਹਰ ਇੱਕ ਦੇ ਬਾੜੀ ਇੱਕ ਬੇਨਤੀ ਕਰੀ ਦੀ ਆਪ ਬਾਣੀ ਪੜੋ ਆਪ ਸਮਝੋ ਤੇ ਗੁਰਬਾਣੀ ਸਮਝ ਕੇ ਇਦਾਂ ਹੀ ਅਸੀਂ ਹੌਲੀ-ਹੌਲੀ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਜਾਈਏ ਸਾਰਿਆਂ ਦਾ ਧੰਨਵਾਦ ਜੀ ਗੁਰਬਾਣੀ ਪੜੋ ਸਮਝੋ ਤੇ ਗੁਰੂ ਦੀ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੋ ਨਸ਼ਿਆਂ ਤੋਂ ਵਹਿਮਾਂ ਤੋਂ ਭਰਮਾਂ ਤੋਂ ਪਖੰਡਾਂ ਤੋਂ ਬਚਾ ਕੇ ਆਪਣੇ ਪਰਿਵਾਰਾਂ ਵਿੱਚ ਉਹ ਤਾਂ ਗੱਲ ਆਈਏ ਜਿਹੜਾ ਤਾਂ ਗਮਨ ਕੇ ਨੂੰ ਪਰੋ ਕੇ ਰੱਖਦਾ ਹੈ ਸੰਤੋਖ ਦਾ ਤਾਗਾ ਔਲ ਧਰਮ ਦਇਆ ਕਾ ਪੁੱਤ ਸੰਤੋਖ ਸਾਹਿਬ ਰੱਖਿਆ ਜਨ ਸੂਤ ਇਹਦੇ ਨਾਲ ਸਾਡੀ ਜ਼ਿੰਦਗੀ ਵਿੱਚ ਹੋਰ ਮਜ਼ਬੂਤੀ ਆਏਗੀ ਅਸੀਂ ਕਮਜੋਰ ਇਨਸਾਨ ਬਣ ਕੇ ਜ਼ਿੰਦਗੀ ਦੇ ਵਿੱਚ ਅੱਗੇ ਤੁਰ ਸਕਾਂਗੇ ਸਾਰਿਆਂ ਦਾ ਧੰਨਵਾਦ ਜੀ ਗੁਰੂ ਸੇਵੇ ਦਾ ਸਾਡੇ ਤੇ ਬਖਸ਼ਿਸ਼ ਕਰਦੇ ਰਹਿਣ ਬਖਸ਼ਿਸ਼ ਦੇਤੀ ਪਾਤਰ ਬਣ ਕੇ ਕਿ ਸੋਹਣੇ ਮੋਤੀ ਚੁੱਕ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਰੋਸ਼ਨ ਆ ਸਕੀਏ ਤੋਂ ਮਾਤਾ ਮਾਤਾ ਪਿਤਾ ਸੰਤੋਖ ਵਾਲੇ ਗੁਣ ਸਾਡੀ ਜ਼ਿੰਦਗੀ ਵਿੱਚ ਆ ਸਕਣ ਸਾਰਿਆਂ ਦਾ ਧੰਨਵਾਦ ਇਹਨੇ ਇੱਕ ਬਚਨ ਪ੍ਰਵਾਨ ਕਰਨੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ